ਮਰਨ ਮਨਸ਼ਾ ਸੂਰਿਆ ਹੱਕ ਹੈ ਜੇ ਹੋਏ ਮਰਨ ਪਰਵਾਨੋ ਦੇ ਕਥਨ ਅਨੁਸਾਰ ਹਰ ਕੁਰਬਾਨੀ ਅਤੇ ਕਾਰਨਾ ਲਈ ਤਿਆਰ ਬੈਰ ਤਿਆਰ ਰਹਿਣ ਦਾ ਇਹ ਵਿਗਲ ਅੱਜ ਪੰਜ ਮੈਮਰੀ ਪੰਥਕ ਕਮੇਟੀ ਸੰਗਤਾਂ ਨੂੰ ਦੰਦੀ ਅਸੀਂ ਕੋਈ ਉਥਨ ਪੁਥਲ ਅਤੇ ਅਜਾਈ ਲਾਉ ਡੋਲਣ ਦੇ ਹੱਕ ਵਿੱਚ ਨਹੀਂ ਅਤੇ ਦੂਸਰਿਆਂ ਪਾਸੋਂ ਵੀ ਇਹੀ ਆਸ ਕਰਦੇ ਹਨ ਭਾਰਤ ਦੀ ਹਿੰਦੂ ਬੋ ਗਿਣਤੀ ਅਤੇ ਸਰਕਾਰ ਦੇ ਸਾਹਮਣੇ ਸਾਰੇ ਮਸਲੇ ਗੱਲਬਾਤ ਰਾਹੀਂ ਨਿਜਠਣ ਲਈ ਆਪਣਾ ਸੰਕਲਪ ਜ਼ਾਹਰ ਕਰਦੇ ਹਾਂ ਅਸੀਂ ਆਸ ਕਰਦੇ ਹਾਂ ਕਿ ਭਾਰਤ ਸਰਕਾਰ ਬ੍ਰਾਹਮਣਵਾਦ ਦੀ ਕਟਲ ਨੀਤੀ ਤੋਂ ਪ੍ਰਭਾਵਿਤ ਨਾ ਹੁੰਦਿਆਂ ਅਸਲੀ ਨੂੰ ਅਸਲੀ ਰੂਪ ਵਿੱਚ ਗ੍ਰਹਿਣ ਕਰੇਗੀ ਅਤੇ ਖਾਲਸਪੁਰ ਦੀ ਹੋਂਦ ਨੂੰ ਰਾਜਸੀ ਮਾਨਤਾ ਦੇਵੇਗੀ ਇਹੋ ਹੀ ਭਾਰਤ ਦਾ ਅਸਲੀ ਸਤਿਆਗ੍ਰਹਿ ਹੋਵੇਗਾ ਇਹ ਰਾਜਸੀ ਮਾਨਤਾ ਦੀ ਮੰਗ ਪੰਥ ਆਪਣੀ ਸਰਕਾਰ ਵੱਲੋਂ ਹੀ ਮੰਗ ਰਿਹਾ ਹੈ ਤਾਂ ਜੋ ਮਾਨਤਾ ਦੀ ਦੇਰੀ ਕਾਰਨ ਪੈਦਾ ਹੋਣ ਵਾਲੇ ਮਸਲੇ ਖੜੇ ਹੋਣ ਤੋਂ ਪਹਿਲਾਂ ਹੀ ਰੋਕੇ ਜਾ ਸਕਣ ਭਾਰਤ ਸਰਕਾਰ ਤੋਂ ਮਾਨਤਾ ਦੀ ਮੰਗ ਅਸੀਂ ਪਹਿਲਾਂ ਹੀ ਕਰ ਚੁੱਕੇ ਹਾਂ ਤਾਂ ਕਿ ਚੰਗੇ ਗੁਆਂਢੀਆਂ ਵਾਲਾ ਵਾਤਾਵਰਨ ਮੌਜੂਦਾ ਪੰਜਾਬ ਤੇ ਸਾਰੇ ਭਾਰਤ ਵਿੱਚ ਅਮਨ ਚੈਨ ਭਾਈਪਰਪਨ ਅਤੇ ਸਹਿਨਸ਼ੀਲਤਾ ਨੂੰ ਉਭਾਰੇ ਅਤੇ ਅਜੋਕੇ ਸਮੇਂ ਦੀ ਕੁੜੱਤਨ ਸਮਾਪਤ ਕੀਤੀ ਜਾ ਸਕੇ ਅਸੀਂ ਜੇ ਫੌਰਨ ਜਿਹੜਾ ਤਰਜ਼ੇ ਹਕੂਮਤ ਜੋ ਚੱਲ ਰਿਹਾ ਹੈ ਉਹਨੂੰ ਐਸਾ ਚ ਹੀ ਰੱਖਣਾ ਚਾਹੁੰਦੇ ਹਾਂ ਸਿਰਫ ਪਹਿਲੇ ਸਟੈਪ ਦੇ ਤੌਰ ਤੇ ਜਿਹੜੀ ਇੰਡੀਅਨ ਗਵਰਨਮੈਂਟ ਦੀ ਸਟੈਂਪ ਹੈ ਉਸ ਦੀ ਥਾਂ ਤੇ ਖਾਲਿਸਤਾਨ ਦੀ ਮੋਹਰ ਲੱਗੇਗੀ ਜੋ ਵੀ ਸਰਕਾਰੀ ਆਰਡਰ ਹੋਣਗੇ ਤਾਂ ਕਿ ਕੋਈ ਵੀ ਵੱਡੀ ਉਥਲ ਪੁਥਲ ਨਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮੁਅਲੈਕਮ ਆਦਾਬ ਨਿਲਮਕੌਰ ਜੀ ਮੈਂ ਤੁਹਾਡੀ ਹੋਸਟ ਨੀ ਮੈਂ ਕੋਰਤ ਬੈਚ ਬਿਊਟੀ ਫਾਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆਂ ਪ੍ਰੋਗਰਾਮ ਸੱਚਾ ਸੱਚਾ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਨਫਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਜੀ ਨਵੇਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ ਆਉਣਾ ਨਾਲ ਗੱਲਬਾਤ ਕਰਕੇ ਅੱਜ ਐਮਿਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ਰੀਆ ਜਾਣਦੇ ਆਂ ਜੀ ਰਦਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਨਿਲਮਕੌਰ ਜ ਸੋਹਣੇ ਸਿਆਣੇ ਟੀਵੀ ਟੀ 4 ਦੇ ਈਵਰਜ਼ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਪੈਣਾ ਪਰਾਵਾਂ ਨੂੰ ਅਸਲਾਮ ਅਲੈਕੁਮ ਜੀ ਰਾਜ ਸਾਹਿਬ ਜੀ ਇਹਨੂੰ ਪ੍ਰੋਗਰਾਮ ਸੱਚੋ ਸੱਚ ਵੈਚ ਹੈ ਬਹੁਤ ਧੰਨਵਾਦ ਜੀ ਰਾਜ ਸਾਹਿਬ ਅਜ ਇਸ ਤਾਈ ਪ੍ਰਾਲ 2023 15 ਵਿਸਾਖ ਨਾਨਕਸ਼ਹੀ ਸੰਮਤ 555 ਦਾ ਦਿਨ ਹੈ ਤਰਸ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸੇ ਪਰ ਦਰਸ਼ਕਾਂ ਤੇ ਸ੍ਰੋਤਿਆਂ ਨੂੰ ਹਮੇਸ਼ਾ ਤਰੰਦਾਸੀ ਵਿਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦੰਦਾ ਇੱਕੋ ਇੱਕ ਚੈਨਲ ਟੀਵੀ ਰੀ ਫੋਨ ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਨ ਕੇਬਲ ਬੈਲਫਾ ਵੀ ਤੁਮ ਕਲੜਾ ਰੋਕੋ ਜਾਦੂ ਬਾਕਸ ਅਲਸ਼ਾਵਾ ਫੇਸਬੁਕ ਟੀਵੀ ਰਿਫੋਰ ði ਐਪਲਾਈ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ ਰਿਫੋਰ ਨੂੰ ਦੇਖ ਸਕਦੇ ਹੋ ਥੀਵਰਸ ਅਜੇ ਤੁਸੀਂ ਟੀਵੀ ਰਿਫੋਰ ਦੇ ਪ੍ਰੋਗਰਾਮ ਸੱਚੋ ਸਾਚ ਚੈਨਲ ਫੇਸਬੁਕ ਰਾਹੀਂ ਜੁੜੇ ਤਾਂ ਸਨਵਾਤ ਤੋਂ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲੇ YouTube ਤੇ ਸਬਸਕ੍ਰਾਈਬ ਵੀ ਕਰੋ ਇਹ ਵੀ ਦੱਸਦੇ ਕਿ ਤੁਸੀਂ TV4 The App ਨੂੰ Android and App Store ਤੇ ਡਾਊਨਲੋਡ ਕਰਕੇ ਜੋ TV4 The Live Stream ਐਸ ਨੂੰ ਤੁਸੀਂ 24 hours ਦੇਖ ਸਕਦੇ ਹੋ so viewers ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਆ ਇਸ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਆ ਔਰ ਆਸਤੇ ਦੁਆ ਵੀ ਕਰਦੇ ਆ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰੇ so viewers ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਐਡ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਆਪ ਸਟੇਟ ਨਿਊਯਾਰਕ ਤੋਂ ਵੀਰ ਕਿਰਪਾਲ ਸਿੰਘ ਜਰਾਂ ਵੱਲੋਂ so ਉਹਨਾਂ ਨੇ ਬੇਨਤੀ ਕੀਤੀ ਹੈ ਕਿ ਸਾਨੂੰ ਕੌਮੀ ਪਾਕ ਤੋਂ ਆਪਣਾ ਨੈਰੇਟਿਵ ਹੋਰ ਮਜ਼ਬੂਤ ਕਰਨ ਦੀ ਲੋੜ ਹੈ ਅਸੀਂ ਸੋਸ਼ਲ ਮੀਡੀਆ ਨੂੰ ਆਪਣਾ ਰਾਖਾ ਸਮਝ ਰਹੇ ਹਾਂ ਕਿ ਹੁਣ ਅਸੀਂ ਦੁਨੀਆ ਸਾਹਮਣੇ ਆਪਣਾ ਪੱਖ ਰੱਖ ਸਕਦੇ ਹਾਂ ਅਤੇ ਹਕੂਮਤ ਨੂੰ ਨੰਗਾ ਕਰ ਸਕਦੇ ਹਾਂ ਸਟੇਟ ਨੇ ਆਪਣੀ ਤਾਕਤ ਅਤੇ ਦੁਨੀਆ ਕਿਵੇਂ ਚੱਲਦੀ ਹੈ ਇਹ ਦਿਖਾ ਦਿੱਤਾ ਹੈ ਸਾਡੇ ਕੋਲ ਹੋਰ ਕੋਈ ਰਾਹ ਨਹੀਂ ਨਜ਼ਰ ਆਉਂਦਾ ਸੋ ਸੱਚੇ ਹੋਣ ਤੇ ਵੀ ਅਸੀਂ ਵੱਖਵਾਦੀ ਅਤਵਾਦੀ ਬਣ ਰਹੇ ਹਾਂ ਤੇ ਜ਼ੋਰ ਹਕੂਮਤ ਦਾ ਚੱਲ ਰਿਹਾ ਸੋ ਸਾਨੂੰ ਹੋਰ ਮਜ਼ਬੂਤੀ ਨਾਲ ਵਧੇਰੇ ਸਾਧਨ ਅਤੇ ਵਸੀਲੇ ਜੋੜਨ ਦੀ ਸਖਤ ਲੋੜ ਹੈ ਸੋ ਐਟ ਥਿਸ ਸਪਾਂਸਰਸ਼ਿਪ ਲਈ ਅਸੀਂ ਵੀਰ ਕਿਰਪਾਲ ਸਿੰਘ ਜਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ ਸਪਾਂਸਰਸ਼ਿਪ ਲਈ ਤੁਸੀਂਨ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ ਵਟਸਐਪ ਕਰ ਸਕਦੇ ਤੁਸੀਂਨ ਈਮੇਲ ਵੀ ਕਰ ਸਕਦੇ info@tv.tv ਤੇ ਸੋ ਵਿਊਰਸ ਪਹਿਲੇsegment ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਖਾਲਸਾਣ ਅਲਾ ਨਾਮੇ ਦੇ ਹਵਾਲੇ ਨਾਲ ਕਿ ਨਤੀ ਪ੍ਰਾਪ 1986 ਨੂੰ ਜਿਹੜਾ ਜਿਹੜਾ ਉਹ ਦਿਨ ਹੈਗਾ ਜਿਸ ਦਿਨ ਸਰਬੱਤ ਖਾਲਸਾ ਵੱਲੋਂ ਥਾਪੀ ਪੰਜ ਮੈਂਬਰੀ ਪੰਥਕ ਕਮੇਟੀ ਨੇ ਖਾਲਸਾ ਦਾ ਐਲਾਨਨਾਮਾ ਚਾਰੀ ਕਰਕੇ ਸਿੱਖਾਂ ਦਾ ਰਾਜ ਜਿਹੜਾ ਨਿਸ਼ਾਨਾ ਉਹ ਮਿੱਥਿਆ ਸੀ ਸੋ ਇਸ ਖਾਲਿਸਤਾਨ ਦੇ ਐਲਾਨਨਾਮੇ ਵਿੱਚ ਪਵਿਖ ਦੇ ਖਾਲਿਸਤਾਨ ਦੇ ਸਿਆਸੀ ਸਮਾਜਿਕ ਆ ਆਰਥਿਕ ਅਤੇ ਵਿਦਿਗਟਾਂ ਦੇ ਬਾਰੇ ਬੀਜ ਰੂਪ ਵਿੱਚ ਤਤ ਮੌਜੂਦ ਹਨ ਇਸ ਬਾਰੇ ਆਪਾਂ ਕੱਲ ਕੱਲ ਵੀ ਗੱਲਬਾਤ ਕੀਤੀ ਸੀ ਉਹ ਹੁਣ ਇਸ ਗੱਲਬਾਤ ਨੂੰ ਹੋਰ ਜਾਰੀ ਕਰਦੇ ਹਾਂ ਸੋ ਅੱਗੇ ਤੋਰਦੇ ਹਾਂ ਸੁਰਾਰ ਸਾਹਿਬ ਕੋਲ ਉਹਨਾਂ ਦੇ ਵਿਚਾਰ ਸੁਣਦੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਥੋੜਾ ਸਬਤਾ ਆਪੋ ਆਪੋ ਸ਼ੁਕਰੀਆ ਜੀ ਰੱਡ ਸਾਹਿਬ ਕੀ ਕਹਿਣਾ ਚਾਹੋਗੇ ਅ ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪான்ਸਰ ਕਰਨ ਲਈ ਐਸੀ ਵੀਰ ਕ੍ਰਿਪਾਲ ਸਿੰਘ ਜਿਹੜੇ ਅਪਸਟੇਟ ਨਿਊਯਾਰਕ 'ਚ ਰਹਿੰਦੇ ਨੇ ਜੀ ਔਰ ਅਕਸਰ ਬੜੀ ਜੈਨਰਸਲੀ ਟੀਵੀ 84 ਨੂੰ ਡੋਨੇਟ ਕਰਦੇ ਨੇ ਸਪான்ਸਰ ਕਰਦੇ ਨੇ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਅੱਛਾ ਉਹਨਾਂ ਨੇ ਬਿਲਕੁਲ ਠੀਕ ਫਰਮਾਇਆ ਕਿ ਜਦੋਂ ਅੱਜ ਸਾਡੀ ਉਸ ਸਟੇਟ ਦੇ ਨਾਲ ਟੱਕਰ ਹੈ ਜਿਹੜੀ ਮਕਾਰ ਵੀ ਹੈ ਜਿਹਦੇ ਕੋਲ ਸਾਧਨ ਵੀ ਨਹੀਂ ਔਰ ਜਿਸ ਨੇ ਕੱਲਾ ਹੀ ਨਹੀਂ ਕਿ مینਸਟ੍ਰੀਮ ਮੀਡੀਆ ਤੇ ਕਾਬੂ ਕੀਤਾ ਹੋਇਆ ਹੈ ਸੋਸ਼ਲ ਮੀਡੀਆ ਜਿਹਨੂੰ ਅਸੀਂ ਕਦੇ ਸਮਝਦੇ ਸੀ ਕਿ ਸਾਡੇ ਕੋਲ ਇੱਕ ਔਪਰਚ्युनिटी ਆ ਗਈ ਹੈ ਜਾਂ ਹੁਣ ਇੱਕ ਵਹੀਕਲ ਹੈ ਜਿਹਦੇ ਰਾਹੀਂ ਅਸੀਂ ਆਪਣੀ ਗੱਲ ਕਹਿ ਸਕਦੇ ਹਾਂ ਔਰ ਅਸੀਂ ਇਸ ਪਿਛਲੇ ਪੀਰੀਅਡ 'ਚ ਦੇਖਿਆ ਹੈ ਕਿ ਨਾ ਸਿਰਫ ਸੋਸ਼ਲ ਮੀਡੀਆ ਤੇ ਉਹਨਾਂ ਨੇ ਸਾਡੇ ਤੋਂ 200 ਗੁਣਾ ਜ਼ਿਆਦਾ ਪੇਡ ਲੋਕ ਪਿਠਾਏ ਹੋਏ ਨੇ ਜਿਹੜਾ ਆਪਣਾ ਨੈਰੇਟਿਵ ਸਿਰਜਦੇ ਨੇ ਪਰ ਉਹਨਾਂ ਨੇ ਜਿੱਥੋਂ ਸੋਸ਼ਲ ਮੀਡੀਆ ਦਾ origin ਹੁੰਦਾ ਹੈ ਉਹ ਭਾਵੇਂ Twitter ਹੈ Facebook ਹੈ YouTube ਹੈ ਉਹਨਾਂ ਦੇ ਮਾਲਕਾਂ ਨੂੰ ਕਾਬੂ ਕੀਤਾ ਹੋਇਆ ਹੈ ਔਰ ਇੰਡੀਆ ਦੀ ਵੱਡੀ ਮੰਡੀ ਦਾ ਜਿਹੜਾ ਰੂਪ ਦਿਖਾ ਕੇ ਉਹ ਜਿਨੂੰ ਮਰਜ਼ੀ ਬਲੌਕ ਕਰਾ ਦਿੰਦੇ ਨੇ ਜਿਨੂੰ ਮਰਜ਼ੀ ਜਿਹੜਾ ਉਸ ਚੋਕੜਾ ਦਿੰਦੇ ਨੇ ਜਿਨੂੰ ਮਰਜ਼ੀ ਬਲੈਕਲਿਸਟ ਕਰ ਦਿੰਦੇ ਨੇ ਜਾਂ ਅਕਾਊਂਟ ਸਸਪੈਂਡ ਕਰ ਦਿੰਦੇ ਨੇ ਜੀ ਸੋ ਇਹ ਬਿਲਕੁਲ ਇਹ ਮਿਥ ਵੀ ਟੁੱਟ ਗਿਆ ਕਿ ਵੀ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਰਿਲਾਇ ਕਰ ਸਕਦੇ ਹੁਣ ਬੇਸ਼ੱਕ ਅਟੈਂਪਟ ਹੋਰ ਪਾਸੇ ਹੁੰਦੇ ਨੇ ਜਿਵੇਂ ਸਤਲੁਜ ਟੀਵੀ ਇੱਕ ਨਵੀਂ ਬਿਗਨਿੰਗ ਹੈ ਔਰ ਮੈਨੂੰ ਇਸ ਗੱਲ ਦਾ ਸ਼ਰਫ ਹਾਸਲ ਹੋਇਆ ਕਿ ਉਹਨਾਂ ਦੀ ਅੱਛੀ ਬਹੁਤ ਜਿਹੜੀ ਸ਼ਾਰਪ ਐਂਕਰ ਵੀ ਵੀ ਜੈਨੀਫਰ ਜਿੰਜਰ ਜੈਨੀਫਰਸ ਉਹਨਾਂ ਦੇ ਨਾਲ ਇੰਟਰਵਿਊ ਹੈ ਅੱਜ ਹੀ ਉਹਨਾਂ ਨੇ ਅਪਲੋਡ ਕੀਤਾ ਹੈ ਅੱਠ ਨੌ ਮਿੰਟ ਦਾ ਇੰਟਰਵਿਊ ਹੈ ਜਿਹੜੇ ਸਾਡੇ ਵੀਰ ਪਾਣਾ ਦਿਲਚਸਪੀ ਰੱਖਦੇ ਹੋਣ ਉਸ ਨੂੰ ਦੇਖ ਸਕਦੇ ਨੇ ਸੋ ਇਹ ਇੰਗਲਿਸ਼ মিডিਆ ਔਰ ਇਹ ਯਤਨ ਹੈ ਉਹਨਾਂ ਦਾ ਕਿ ਜਿਹੜੀ ਗੱਲ ਗੈਰ ਸਿੱਖਾਂ ਤੱਕ ਪਹੁੰਚਾਉਣ ਦੇ ਲਈ ਸਾਡੇ ਕੋਲ ਹੁਣ ਤੱਕ ਕੋਈ ਵਹੀਕਲ ਨਹੀਂ ਸੀ ਸੋ ਸਤ루ਜ ਟੀਵੀ ਰਾਈ ਉਹ ਇਸ ਨੈਰੇਟਿਵ ਨੂੰ ਅੱਗੇ ਤੋਰਨ ਦੀ ਕੋਸ਼ਿਸ਼ ਕਰਨਗੇ ਉਸ ਨੂੰ ਅਸੀਂ ਇਹ ਰეკਮੈਂਡ ਵੀ ਕਰਦੇ ਹਾਂ ਕਿ ਇਸ ਵੇਲੇ ਜਿੱਥੇ ਵੀ ਜਿਹੜਾ ਵੀ ਕੋਈ अटेम्प्ट ਕਰਦਾ ਹੈ ਕੋਈ ਯਤਨਸ਼ੀਲ ਹੈ ਉਸ ਨੂੰ ਜਿਹੜਾ ਪੂਰਾ ਸਹਿਯੋਗ ਦਿੱਤਾ ਜਾਏ ਦੂਸਰਾ ਪੱਖ ਜਿਹੜਾ ਵੀਰਕਰਪਾਲ ਸਿੰਘ ਹੋਰਾਂ ਦੇ ਮੈਸੇਜ ਤੋਂ ਬੜਾ ਕਲੀਅਰਲੀ ਨਿਕਲਦਾ ਹੈ ਕਿ ਵੀ ਅਸੀਂ ਅਲਟੀਮੇਟਲੀ ਜਦੋਂ ਕੋਈ ਲੜਾਈ ਜਿੱਤੀ ਜਾਂਦੀ ਹੈ ਉਸ ਦਾ ਆਧਾਰ ਤਾਂ ਨੈਰੇਟਿਵ ਹੈ ਔਰ ਉਹ ਤੁਹਾਡੇ ਸਾਧਨ ਔਰ ਵਸੀਲਿਆਂ ਰਾਹੀਂ ਸੰਭਵ ਹੁੰਦਾ ਹੈ ਸਿਰਫ ਗੱਲਾਂ ਦਾ ਕੜਾ ਤਾਂ ਨਹੀਂ ਬਣੇਗਾ ਉਹ ਕੜਾ ਬਣਾਉਣ ਲਈ ਤਾਂ ਤੁਹਾਨੂੰ ਆਟਾ ਵੀ ਘਿਓ ਵੀ ਔਰ ਖੰਡ ਵੀ ਉਹ ਇਕੁਅਲ ਕੁਆਂਟੀਟੀ ਚ ਚਾਹੀਦੀ ਹੈ ਤੇ ਜੇ ਉਹ ਨਹੀਂ ਹੈ ਬਾਕੀ ਜੇ ਇੱਕ ਪਾਸਾ ਸੀ ਜ਼ਬਾਨੀ ਕਲਾਮੀ سوشل میڈیا ਨੇ ਇੱਕ ਰਾਦਰ ਡਿਸ ਸਰਵਿਸ ਰਾਦਰ ਕੀਤੀ ਕਿ ਜਿਨ੍ਹਾਂ ਨੂੰ ਥੋੜਾ ਬਹੁਤ ਪੜਨ ਦਾ ਸ਼ੌਕ ਵੀ ਸੀ ਕੋਈ ਐਨਲਾਈਜ਼ ਕਰਦੇ ਸੀ ਉਹ ਵੀ ਬਿਲਕੁਲ ਸ਼ਾਰਟ ਅਟੈਂਸ਼ਨ ਵਾਲੇ ਪੀਰੀਅਡਸ ਚਲੇ ਗਏ ਤਾਂ ਉਹ ਹਰ ਸੋਸ਼ਲ ਮੀਡੀਆ ਦੀ ਖਬਰ ਅੱਧੇ ਘੰਟੇ ਬਾਅਦ ਤੋ ਉਸ ਦਾ ਕੋਈ ਵਜੂਦ ਨਹੀਂ ਹੁੰਦਾ ਜਦੋਂ ਉਸ ਦੇ ਵਿੱਚ ਤੁਸੀਂ ਇਨ ਗ੍ਰੋਸ ਹੁੰਦੇ ਹੋ ਜਿਹਦੇ ਵਿੱਚ ਜਾਲੀ ਈਮੇਲ ਜ਼ਰਾਇਂ ਜਿਹੜੇ ਨੇ ਜਾਂ ਆਈ ਡੀਜ਼ ਰਾਈਂ ਲੋਕ ਖਾਮ ਖਾਦੇ ਇਸ਼ੂ ਨੂੰ ਖੜਾ ਕਰਦੇ ਨੇ ਹੁਣ ਸਾਨੂੰ ਵੀ ਹਾਲਾਂਕਿ ਅਸੀਂ ਬਲੌਕ ਕਰਨ ਚ ਯਕੀਨ ਨਹੀਂ ਰੱਖਦੇ ਪਰ ਮੈਂ ਹੁਣ ਦੇਖ ਰਿਹਾ ਹਾਂ ਲੇਟਲੀ ਖਾਸ ਤੌਰ ਤੇ 18 ਮਾਰਚ ਤੋਂ ਬਾਅਦ ਜਦੋਂ ਟੀਵੀ 84 ਦਾ ਨੈਰੇਟਿਵ ਪਈ ਅਮਰਿਤਪਾਲ ਸਿੰਘ ਰਾਂ ਦੇ ਮੁੱਦੇ ਤੇ ਨੌਜਵਾਨੀ ਵੱਲੋਂ ਬਹੁਤ ਪਸੰਦ ਕੀਤਾ ਗਿਆ ਤੇ ਬਹੁਤ ਸਾਰੀ ਹੇਟ ਮੇਲ ਵੀ ਕੋਈ ਆਲਮੋਸਟ 10 ਗੁਣਾ ਜ਼ਿਆਦਾ ਵਧ ਗਈ ਔਰ ਇਸ ਕਿਸਮ ਦੇ 네ਗੇਟਿਵ ਕਮੈਂਟ ਜਿਹਨਾਂ ਨੂੰ ਜੇ ਤੁਸੀਂ ਕਿਸੇ ਦੀ ਡਿਊਟੀ ਵੀ ਲਾਉਂਦੇ ਹੋ ਉਹਨੂੰ ਬਲੌਕ ਕਰਨਾ ਉਹ ਵੀ ਵੇਸਟ ਆਫ ਟਾਈਮ ਹੈ ਸੋ ਉਹ ਵੀ ਤੁਹਾਡੇ ਰਿਸੋਰਸਸ ਨੂੰ ਜਾਂ ਤੁਹਾਡੇ ਸੋਰਸਸ ਨੂੰ ਜਿਹੜਾ ਉਹ ਕੰਜ਼ਿਊਮ ਕਰਨ ਦੀ ਲਾਈਨ ਹੈ ਜਿਵੇਂ ਕਿ ਟੌਪਿਕ ਛੱਡ ਦਿੱਤਾ ਜਾਂਦੇ ਨੇ ਹੁਣ ਤੁਹਾਨੂੰ ਇਹਨਾਂ ਦਿਨਾਂ 'ਚ ਕੋਈ ਮਰਿਆਦਾ ਦਾ ਇਸ਼ੂ ਨਜ਼ਰ ਨਹੀਂ ਆਉਂਦਾ ਲੇਕਿਨ ਜੇ ਅਸੀਂ ਕੁਝ ਮਹੀਨੇ ਪਹਿਲਾਂ ਜਾਂ ਦੂਜਾ ਦੇਖੀਏ ਤਾਂ ਕਿਵੇਂ ਫੇਕ ਕਿਸਮ ਦੇ ਸਾਧਾ ਰਾਈ ਮਰਿਆਦਾ ਦੇ ਇਸ਼ੂ ਤੇ ਕਿਵੇਂ ਜਿਹੜਾ ਉਹ ਘੜੀਸਿਆ ਗਿਆ ਫਿਰ ਅਸੀਂ ਦੇਖਦੇ ਹਾਂ ਕਿ ਹੌਲੀ 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 ਜਦੋਂ ਕੋਈ ਇੱਕ ਅੱਧੀ ਘਟਨਾ ਹੁੰਦੀ ਹੈ ਹੁਣ ਉਹਨਾਂ ਨੇ ਜਿੱਥੇ ਭਾਈ ਅਮਰਤਪਾਲ ਸਿੰਘ ਹੋਰਾਂ ਦੇ ਇਸ਼ੂ ਤੇ ਮਹੀਨਾ ਡੇਢ ਮਹੀਨਾ ਐਨ ਸਿੱਖਾਂ ਦੀ ਬਿਲਕੁਲ ਮਿੱਟੀ ਪਲੀਤ ਕਰਨ ਦੀ ਕੋਸ਼ਿਸ਼ ਕੀਤੀ ਦੁਨੀਆ ਭਾਰਤ 'ਚ ਇੰਨੀ 네ਗੈਟਿਵਿਟੀ ਦੇ ਨਾਲ ਉਹਨਾਂ ਨੇ ਪ੍ਰਚਾਰ ਕੀਤਾ ਔਰ ਅਚਾਨਕ ਹੁਣ ਜੇ ਉਸ ਨੂੰ ਬ੍ਰੇਕ ਲੱਗਦੀ ਹੈ ਤੇ ਅਸੀਂ ਦੇਖਦੇ ਹਾਂ ਕਿ ਮੋਰੰਡੇ ਦੇ ਵਿੱਚ ਜਿਹੜੀ ਹੈ ਇਤਿਹਾਸਕ ਗੁਰਦੁਆਰਾ ਕਤਵਾਲੀ ਸਾਹਿਬ ਚ ਘਟਨਾ ਹੁੰਦੀ ਹੈ ਉਹਨੂੰ ਲੈ ਕੇ ਔਰ ਹੁਣ ਉਹਨਾਂ ਨੂੰ ਅਜੇ ਉਹਦੀ ਡੀਟੇਲ ਤਾਂ ਨਹੀਂ ਹੈ ਫਰੀਦਕੋਟ ਦੇ ਵਿੱਚ ਦੋ ਪੈਸਟਰ ਇਸਾਈ ਪਾਦਰੀ ਉਹਨਾਂ ਨੂੰ ਚਾਰਜ ਕਰਕੇ ਅੰਦਰ ਦਿੱਤਾ ਗਿਆ ਹੈ ਕਿ ਜੀ ਉਹਨਾਂ ਨੇ ਗੁਟਕਾ ਸਾਹਿਬ ਔਰ ਦੂਸਰੇ ਦੀ ਬੇਅਦਵੀ ਕੀਤੀ ਸੋ ਮੈਨੂੰ ਇਹ ਲੱਗਦਾ ਹੈ ਵੀ ਇਹ ਪੰਜਾਬ ਦੇ ਵਿੱਚ ਇਸ ਨੂੰ ਸਿੱਖਾਂ ਨੂੰ ਇੰਨੇ ਪਾਸੇ ਉਲਝਾ ਦੇਣਾ ਚਾਹੁੰਦੇ ਨੇ ਵੀ ਇੱਕ ਪਾਸੇ 네ਗੇਟਿਵਿਟੀ ਕਰਕੇ ਸਾਡਾ ਜਿਹੜਾ ਉਹ ਪੂਰੇ ਫੇਥ ਦੇ ਉੱਤੇ ਸਵਾਲੀਆ ਨਿਸ਼ਾਨ ਲਾਉਣ ਦੀ ਕੋਸ਼ਿਸ਼ ਹੈ ਤੇ ਦੂਸਰੇ ਪਾਸੇ ਜਿਹ ਉਸੇ ਹੀ ਮੀਡੀਆ ਦਾ ਨੈਰੇਟਿਵ ਉਹੀ ਪ੍ਰਕਾਸ਼ ਸਿੰਘ ਬਾਦਲ ਜਿਨੇ ਆਰਟੀਕਲ 25 ਬੀ ਜਿਹੜਾ ਸਿੱਖਾਂ ਬੋਧੀਆਂ ਜੈਨੀਆਂ ਨੂੰ Hindu ਬਣਾਉਂਦਾ ਉਹਦੀ ਵਜ੍ਹਾ ਕਰਕੇ ਭਾਰਤੀ ਸੰਵਿਧਾਨ ਨੂੰ ਸਾੜਿਆ ਹੋਇਆ ਜੀ ਉਹੀ ਪ੍ਰਕਾਸ਼ ਸਿੰਘ ਬਾਦਲ ਜਿਹੜਾ 1993 ਦੇ ਵਿੱਚ ਜਦੋਂ ਯੂਨਾਈਟਿਡ ਨੇਸ਼ਨਸ ਦਾ ਸੈਕਟਰੀ ਜਨਰਲ ਮਿਸਟਰ ਬੂਟਰੋਸ ਬੂਟਰੋਸ ਗਾਲੀ ਦਿੱਲੀ ਆਉਂਦਾ ਤੇ ਉਹ ਬਾਕੀਆਂ ਦੇ ਨਾਲ ਟਾੜੇ ਦੇ ਨਾਲ ਬਰਨਾਲੇ ਦੇ ਨਾਲ ਬੰਗਲਾ ਸਾਹਿਬ ਤੋਂ ਨਿਕਲ ਕੇ ਮੈਮੋਰੰਡਮ ਦੇਣ ਜਾਂਦਾ ਜਿਸ ਮੈਮੋਰੰਡਮ ਦੀਆਂ ਮੁਢਲੀਆਂ ਲਾਈਨਾਂ 'ਚ ਲਿਖਿਆ ਵੀ ਸਾਡੇ ਤੇ ਬਹੁਤ ਜ਼ੁਲਮ ਹੋਇਆ ਹੋ ਰਿਹਾ ਹੈ ਔਰ ਸਾਨੂੰ ਰਾਈਟ ਆਫ ਸੈਲਫ ਡਟਰਮੀਨੇਸ਼ਨ ਦਿੱਤਾ ਜਾਏ ਮਤਲਬ ਜਿਹੜੀ ਗੱਲ ਖਾਲਿਸਤਾਨ ਰੈਫਰੈਂਡਮ ਦੇ ਹਵਾਲੇ ਨਾਲ ਅੱਜ ਕੀਤੀ ਜਾ ਰਹੀ ਹੈ ਇਹ ਬਾਦਲ ਨੇ 1993 ਦੇ ਵਿੱਚ ਮੰਗ ਕੀਤੀ ਸੀ ਯੂਨ ਸੈਕਟਰੀ ਜਨਰਲ ਨੂੰ ਗ੍ਰਫਤਾਰੀ ਹੋਈ ਸੀ ਜੀ ਹੁਣ ਉਹੀ মিডিਆ ਜਿਹਦੇ ਕੋਲ ਇਹ ਮੌਜੂਦ ਹੈ ਕਿ ਭਈ ਇਹਨੇ ਸੰਵਧਾਨ ਵੀ ਸਾੜਿਆ ਹੋਇਆ ਹੈ ਇਹਨੇ ਯੂਨ ਸੈਕਟਰੀ ਜਨਰਲ ਤੋਂ ਜਿਹੜਾ ਉਹ ਸਵੈ ਨਿਰਣੇ ਦਾ ਹੱਕ ਵੀ ਮੰਗਿਆ ਹੋਇਆ ਹੈ ਲੇਕਿਨ ਤੁਸੀਂ ਦੇਖੋਗੇ ਕਿ ਉਹਨੂੰ ਇੰਨਾ ਬਣਾ ਕੇ ਪੰਜਾਬ ਦਾ ਗਾਂਧੀ ਬਣਾ ਕੇ ਪੇਸ਼ ਕਰਤਾ ਬਹੁਤ ਹੰਬਲ ਬੜਾ ਨੋਰਮ ਜੇ ਕਰਪਸ਼ਨ ਦੀ ਗੱਲ ਵੀ ਕਰੀਏ ਛੰਗਾਨੀ ਕਮਿਸ਼ਨ ਗਿਆਨੀ ਜ਼ੈਲ ਸਿੰਘ ਦੇ ਵੇਲੇ 1970 ਵਿੱਚ ਉਹਦੀ ਰਿਪੋਰਟ ਚੋ ਕਰਪਟ ਸਾਬਤ ਹੋਇਆ ਸੀ ਕਿੰਨੇ ਗੁਣਾ ਜ਼ਿਆਦਾ ਜਿਹੜੀ ਆ ਇਹਦੀ ਪ੍ਰਾਪਰਟੀ ਬਣਦੀ ਹੈ ਕਿਸ ਲੈਵਲ ਦੇ ਚਾਰਜ ਆ ਪਿਛਲੀਆਂ ਐਸੈਂਬਲੀ ਚੋਣਾ ਵੇਲੇ ਭਗਵੰਤ ਮਾਨ ਨਵਜੋਤ ਸਿੱਧੂ ਜਿਹੜਾ ਇਹਨਾਂ ਦਾ ਹੀ ਸਪੋਰਟ ਦੇ ਨਾਲ ਬਣਿਆ ਐਮਪੀਸੀ ਅਮਰਤ ਇਹਨਾਂ ਸਾਰਿਆਂ ਦੇ ਬਿਆਨ ਤੁਸੀਂ ਕੱਢ ਲਓ ਔਰ ਅੱਜ ਤੁਸੀਂ ਦੇਖੋਗੇ ਕਿਉਂਕਿ ਉਹਨਾਂ ਨੂੰ ਸ਼ੂਟ ਕਰਦਾ ਇੱਕ ਪਾਸਾ ਉਹਨਾਂ ਨੇ ਦੱਸ ਕੇ ਕਿ ਭਾਈ ਇਹ ਐਕਸਟ੍ਰੀਮ ਹੈ ਭਾਈ ਅਮਰਪਾਲ ਸਿੰਘ ਹੋਰਾਂ ਨੂੰ ਔਰ ਉਹਨਾਂ ਸਾਰੇ 8 ਜਾਂ 9 ਜਾਂ 10 ਨੇ ਹੁਣ ਕੋਲ ਐਨਐਸਏ ਲਾ ਕੇ 2900 ਕਿਲੋਮੀਟਰ ਦੂਰ ਭੇਜਣਾ ਲੇਕਿਨ ਇਧਰ ਜੋ ਇਸ ਵੇੜੇ ਹਰ ਪਾਸੇ ਉਹਦੀ ਔਰ ਅਸੀਂ ਪਹਿਲੇ ਦਿਨ ਹੀ ਮੈਂ ਕਿਹਾ ਸੀ ਮੈਂ ਕਿਹਾ ਜੀ ਇਹ ਜਦੋਂ ਇਹ ਫੈਸਲਾ ਹੁੰਦਾ ਹੈ ਕਿ ਕੌਣ ਨਿਸ਼ਾਨ ਸਾਹਿਬ ਵਾਲਾ ਹੈ ਤੇ ਕੌਣ ਤਿਰੰਗੇ ਵਾਲਾ ਹੈ ਮੈਂ ਕਹਿਆ ਇਹਨੂੰ ਤਿਰੰਗੇ 'ਚ ਲਪੇਟ ਕੇ ਲਿਜਾਣਗੇ ਅੱਜ ਜਦੋਂ ਮੈਂ ਖਬਰ ਵੀ ਦੇਖੀ ਕਿ ਭਈ ਉਹਦੀ ਡੈੱਡ ਬੋਡੀ ਤੇ ਤਿਰੰਗਾ ਪਾਇਆ ਗਿਆ ਮੋਦੀ ਤੋਂ ਲੈ ਕੇ ਥੱਲੇ ਤੱਕ ਸਭ ਜਿਹੜੇ ਨੇ ਉਹ ਦੌੜ ਰਹੇ ਨੇ ਦੁਜੇ ਤੇ ਨੈਰੇਟਿਵ ਹੈ ਸਿਰਜ ਦਿੱਤਾ ਹੈ ਜਿਵੇਂ ਸਭ ਤੋਂ ਵੱਡਾ ਦੇਸ਼ ਭਗਤ ਆਮਨ ਦਾ ਰਾਖਾ ਪੰਜਾਬੀਆਂ ਦਾ ਜਿਹੜਾ ਉਹ ਪਤਾ ਨਹੀਂ ਕੀ ਉਹਨੂੰ ਕਿਸੇ ਨੇ ਇਬਰਾਹਿਮ ਲਿੰਕੰਗ ਦੇ ਨਾਲ ਤਸ਼ਬੀਹ ਦਿੱਤੀ ਹੈ ਕਿਸੇ ਨੇ ਕਿ ਉਸੇ ਹੋਰ ਦੇ ਨਾਲ ਦਿੱਤੀ ਹੈ ਹੁਣ ਇਹ ਹੈ ਨੈਰੇਟਿਵ ਕਿਉਂਕਿ ਉਹ ਤੁਹਾਨੂੰ ਦੇ ਰਹੇ ਨੇ ਕਿ ਜੇ ਇਦਾਂ ਦੇ ਬਣ ਜਾਓ ਬਿਲਕੁਲ ਆਪਣੀ ਕੌਮੀ ਪਛਾਣ ਵਿੱਚੋਂ ਆਰਐਸਐਸ ਦੀ ਲਾਈਨ ਟੋ ਕਰੋ ਤੇ ਤੁਹਾਡੇ ਲਈ ਤਾਂ ਵਾਜਿਬ ਹੋ ਜਾਣਗੇ ਜਿਸ ਕਿਸਮ ਦਾ ਸ਼ਾਹਾਨਾ ਉਹਨੂੰ ਜਿਹੜੀ ਹੈ ਵਿਦਾਇਗੀ ਦਿੱਤੀ ਗਈ ਔਰ ਜੇ ਉਸ ਪੀਰੀਅਡ ਚ ਹੁਣ ਤੁਸੀਂ ਇਹ ਦੇਖੋਗੇ ਆਪਣੇ ਸਿੱਖ মিডিਆਜ਼ ਵੀ ਜੇ ਕਿਸੇ ਨੇ ਬਾਦਲ ਦੀ 60 ਵਰਿਆਂ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕਣ ਦੀ ਕੋਸ਼ਿਸ਼ ਕੀਤੀ ਤੇ ਉਹ ਉਹਨਾਂ ਨੂੰ ਸਨਬ ਕਰ ਦਿੱਤਾ ਜਾਂਦਾ ਹੈ ਕਿ ਭਾਈ ਤੁਸੀਂ ਇਹ ਵੇੜਾ ਥੋੜ੍ਹਾ ਹੀ ਹੈ ਕਿਸੇ ਬਾਰੇ ਨਾ ਪੱਕੀ ਗੱਲ ਕਰਨ ਦਾ ਬਾਦਲ 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 ਸੋ ਇਹ ਮੈਸੇਜ ਦੋਨੋਂ ਪਾਸੇ ਐ ਕ੍ਰੋਸ ਜਿਹੜਾ ਇਹ ਹੈ ਕਿ ਜਿਨ੍ਹਾਂ ਦੇ ਕੋਲ ਵਸੀਲੇ ਨੇ ਸਾਧਨ ਨੇ ਉਹ ਜਨੂੰ ਮਰਜ਼ੀ ਜੋ ਮਰਜ਼ੀ ਬਣਾ ਦੇਣ ਜਿਹਨੂੰ ਮਰਜ਼ੀ ਸ਼ੈਤਾਨ ਨੂੰ ਰੱਬ ਬਣਾ ਦੇਣ ਰੱਬ ਨੂੰ ਸ਼ੈਤਾਨ ਬਣਾ ਦੇਣ ਅੱਜ ਅਟੈਂਪਟ ਤਾਂ ਇਹੀ ਚੱਲ ਰਿਹਾ ਸੋ ਅਸੀਂ ਵੀਰ ਕ੍ਰਿਪਾਲ ਸਿੰਘ ਹੋਰਾਂ ਦੇ ਸ਼ੁਕਰਗੁਜ਼ਾਰ ਆਂ ਕਿ ਉਹ ਇਸ ਟੀਵੀ 84 ਦੀ ਅਹਿਮੀਅਤ ਨੂੰ ਸਮਝਦੇ ਨੇ ਔਰ ਇਸ ਦੇ ਲਈ ਉਹ ਜਿਹੜਾ ਵੱਡਾ ਦਿਲ ਰੱਖਦੇ ਨੇ ਜੈਨਰਸਲੀ ਡੋਨੇਟ ਕਰਦੇ ਅਸੀਂ ਇਹ ਦੱਸ ਵੀ ਦਈਏ ਭਾ ਲਾਂ ਕਿ ਕੱਲ ਨਿਊਯਾਰਕ ਸੈਕਡੇ ਪੈਰੇਡ ਹੈ ਜਿਹਨੂੰ ਕਈ ਖਾਲਸਤਾਨੀ ਪੈਰੇਡ ਜਾਂਦਾ ਹੈ ਅ ਜੂਨ 84 ਦੇ ਹਮਲੇ ਤੋਂ ਬਾਅਦ ਨਿਊਯਾਰਕ ਦੇ ਸਿੰਘਾਂ ਨੇ ਜਿਵੇਂ ਅਗਸਤ 15 ਅਗਸਤ ਵਾਲੀ ਪੈਰੇਡ ਨੂੰ ਇੰਡੀਅਨ ਪੈਰੇਡ ਨੂੰ ਇੱਥੇ ਜਿਹੜਾ ਉਹ ਉਲਟਾਇਆ ਉਹਨਾਂ ਦੇ ਫਲੋਰਸ ਨੂੰ ਦੂਸਰਿਆਂ ਨੂੰ ਔਰ ਉਸ ਤੋਂ ਬਾਅਦ ਉਹਨਾਂ ਨੇ ਫੈਸਲਾ ਕੀਤਾ ਕਿ ਅਸੀਂ ਸਾਡਾ ਕੋਈ ਇੰਡੀਆ ਨਾਲ ਸਬੰਧ ਨਹੀਂ ਹੈ ਜੀ ਅਸੀਂ ਆਪਣੀ ਪੈਰੇਡ ਕੱਢਾਂਗੇ ਔਰ ਹਾਲਾਂਕਿ WeatherData ਕੋਈ ਬਹੁਤੀ ਪੋਜ਼ਿਟਿਵਿਟੀ ਨਹੀਂ ਆ ਰਹੀ ਹਾਲਾਂਕਲ ਸਵੇਰ ਤੱਕ ਦੇਖੋ Weather Expert ਵੀ ਕਈ ਵਾਰ ਗਲਤ ਸਾਬਤ ਹੁੰਦੇ ਨੇ ਪਰ ਲੇਖਨ ਜੋ ਵੀ ਹੋਏਗਾ ਪਰੇਡ ਤਾਂ ਹੈ ਸੋ ਅਸੀਂ ਸਾਡੀ ਕੋਸ਼ਿਸ਼ ਹੋਏਗੀ ਪਰੇਡ ਨੂੰ ਲਾਈਵ ਕਵਰ ਕਰਨ ਦੀ ਵੀ ਜਿਸ ਕਿਸਮ ਦੇ ਬਾਕੀ Weather ਤੇ ਡਿਪੈਂਡ ਕਰਦਾ ਹੈ ਔਰ ਅਸੀਂ ਜਿਹੜੇ ਵੀ ਵੀਰ ਪੈਣਾ ਪਹੁੰਚ ਸਕਦੇ ਨੇ ਜਾਣ ਕੇ ਆਪਣੇ ਆਪ ਜੀ ਸਾਡੇ ਆਂਦੇ ਨੇ ਔਰ ਪਰਸੋਂ ਜਿਵੇਂ ਕਿ ਅਸੀਂ ਲਗਾਤਾਰਤਾ ਨਾਲ ਸਾਡੇ ਐਡ ਵੀ ਚੱਲ ਰਹੀ ਹੈ ਖਾਲਸਤਾਨ ਡੈਕਲੇਰੇਸ਼ਨ ਡੇ 37ਵਾਂ ਵਰ੍ਹੇਗੰਢ ਜਿਹੜੀ ਆ ਉਹ ਕੱਲ੍ਹ ਐ 29 ਅਪ੍ਰੈਲ 1986 ਨੂੰ ਖਾਲਸਤਾਨ ਦਾ ਐਲਾਨਨਾਮਾ ਹੋਇਆ ਸੀ। ਜੀ। ਔਰ ਇਸ 37ਵਿਆਂ ਦੀ ਯਾਦ ਔਰ ਨਿਸ਼ਾਨ ਸਾਹਿਬ ਨੂੰ ਸੈਲੂਟ ਖਾਲਸਤਾਨ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਔਰ ਅਗੋਂ ਲਈ ਰਿਜ਼ੋਲਵ ਕਿ ਅਸੀਂ ਇਹ ਹਾਸਲ ਕਰਨੇ। ਬਿਲਕੁਲ। ਇਸ ਸੰਬੰਧੀਕ ਸਮਾਗਮ ਮੁਖਤੌਰ ਤੇ ਪੰਥਕ ਕਨਵੈਨਸ਼ਨ ਟਾਈਪ ਫਲਸ਼ਿੰਗ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਰੱਖਿਆ ਪਰਸੋਂ ਉਹਨੂੰ ਵੀ ਅਸੀਂ ਲਾਈਵ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ। ਕੋਸ਼ਿਸ਼ ਕਰਾਂਗੇ ਜੀ। ਸੋ ਉਹਦੇ ਵਿੱਚ ਵੀ ਪਾਰਟਿਸਪੇਸ਼ਨ ਦੀ ਅਸੀਂ اپیل ਕਰਦੇ ਹਾਂ। ਜੀ। ਹੁਣ ਮੈਂ ਜ਼ਿਆਦਾ ਵਕਤ ਨਹੀਂ ਲਵਾਵਾਂਗਾ ਕਿਉਂਕਿ ਕੱਲ ਅਸੀਂ ਭੂਮਿਕਾ ਬਣੀ ਸੀ ਕਿ ਜਿਹੜਾ ਐਲਾਨਨਾਮਾ ਹੁੰਦਾ ਜਿਹੜੀ ਡੈਕਲੇਰੇਸ਼ਨ ਹੈ ਉਹਦੀ ਕੀ ਅਹਿਮੀਅਤ ਹੁੰਦੀ ਹੈ। ਹਮਮ ਔਰ ਉਸ ਦੀ ਤਸ਼ਬੀਹ ਅਸੀਂ 4 ਜੁਲਾਈ 1776 ਦੀ ਅਮਰੀਕਾ ਦੀ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਦਾ ਨਾਰਦਤੀ ਸੀ ਬਿਲਕੁਲ ਔਰ ਅਸੀਂ ਕਿਉਂਕਿ ਬਹੁਤ ਵਾਰ ਪੁੱਛਿਆ ਜਾਂਦਾ ਹੈ ਕਿ ਜੀ ਖਾਲਸਤਾਨ ਦਾ ਰਾਜਸੀ ਟਾਂਚਾ ਕੀ ਹੋਏਗਾ ਸੋਸ਼ਲ ਕੀ ਹੋਏਗਾ ਕਨਸਟੀਟਿਊਸ਼ਨ ਕੀ ਹੋਏਗਾ ਔਰ ਜਿਵੇਂ ਅਸੀਂ ਕੱਲ ਕਿਹਾ ਸੀ ਕਿ ਕਨਸਟੀਟਿਊਸ਼ਨ ਤਾਂ ਜਦੋਂ ਮੁਲਕ ਆਜ਼ਾਦ ਹੋ ਜਾਂਦੇ ਨੇ ਉਹਨਾਂ ਦੀ ਕਨਸਟੀਟਿਊਟ ਅਸੈਂਬਲੀ ਉਹਨਾਂ ਦੇ ਸ਼ਹਿਰੀ ਆਪਸ ਡਿਸਕਸ ਡਿਬੇਟ ਕਰਕੇ ਬਣਾਉਂਦੇ ਨੇ ਲੇਕਿਨ ਜਿਹੜੀ ਡੈਕਲੇਰੇਸ਼ਨ ਹੁੰਦੀ ਹੈ ਉਸ ਦੇ ਵਿੱਚ ਜਿਹੜੀ ਤੁਹਾਡੀ ਇੰਟੈਂਟ ਹੁੰਦੀ ਹੈ ਵੀ ਤੁਸੀਂ ਕਿਸ ਔਰ ਲਾਈਨ ਦੇ ਉੱਤੇ ਮੁਲਕ ਨੂੰ ਲਜਾਓਗੇ ਤੁਹਾਡੇ ਮੁਲਕ ਦਾ ਦੀਆਂ ਬੁਨਿਆਦਾਂ ਕੀ ਹੋਣਗੀਆਂ ਸੋ ਉਹਦੇ ਚ ਅਸੀਂ ਜਿਹੜਾ ਖਾਲਸਾਤਾਨ ਦਾ ਐਲਾਨਨਾਮਾ 29 ਅਪ੍ਰੈਲ 1986 ਦਾ ਉਸ ਦੇ ਕੁਝ ਹਿੱਸੇ ਨੂੰ ਸਾਂਝਾ ਕੀਤਾ ਸੀ ਔਰ ਉਸ ਤੋਂ ਅੱਗੇ ਜਿੱਥੇ ਕੱਲ ਅਸੀਂ ਛੱਡਿਆ ਸੀ ਔਰ ਜਿਨ੍ਹਾਂ ਨੇ ਵੀ ਪਿਛਲਾ ਸ਼ੋ ਨਹੀਂ ਦੇਖਿਆ ਉਹ ਪਹਿਲੇ ਨੂੰ ਦੇਖਣਗੇ ਫੇਰ ਹੀ ਅੱਜ ਦੇ ਇਸ ਪਾਰਟ ਨਾਲ ਕਨੈਕਟ ਕਰ ਸਕਣਗੇ ਇਥੋਂ ਸ਼ੁਰੂਆਤ ਹੈ ਕੱਲ ਤੋਂ ਅੱਗੇ ਖਾਲਸਾਤਾਨ ਦਾ ਨਾਰਾ ਜੋ ਕਈ ਸਾਲਾਂ ਤੋਂ ਸਿੱਖ ਸੰਗਤਾਂ ਅਤੇ ਸਿੱਖ ਨੌਜਵਾਨਾਂ ਦੇ ਹਿਰਦਿਆਂ ਨੂੰ ਟੁੰਬਦਾ ਚਲਾ ਆ ਰਿਹਾ ਹੈ ਅਤੇ ਜਿਸ ਦੀ ਨਹੀਂ ਰੱਖਣ ਦਾ ਜ਼ਿਕਰ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲਿਆਂ ਨੇ 3 ਜੂਨ 1984 ਨੂੰ ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਅਕਾਲ ਤਖਤ ਸਾਹਿਬ ਉੱਪਰ ਭਾਰਤ ਦੀ Hindu ਸਰਕਾਰ ਵੱਲੋਂ ਫੌਜੀ ਹਮਲੇ ਦੇ ਆਰੰਭ ਸਮੇਂ ਕੀਤਾ ਸੀ ਸਿੱਖ ਸੰਗਤਾਂ ਨੇ ਇਸ ਵਿਚਾਰ ਦੀ ਬੜੇ ਹਰਸ਼ ਤੇ ਉਲਾਸ ਨਾਲ 13 April 1986 ਨੂੰ ਸੱਦੇ ਗਏ ਸਰਬੱਤ ਖਾਲਸਾ ਸਮੇਂ ਪ੍ਰੋੜਤਾ ਕੀਤੀ ਸੀ ਸਿੱਖ ਸੰਗਤਾਂ ਆਪਣੀ ਰੋਜ਼ ਦੀ ਅਰਦਾਸ ਸਮੇਂ ਰਾਜ ਕਰੇਗਾ ਖਾਲਸਾ ਦਾ ਸੰਕਲਪ ਦੁਹਰਾਉਂਦੀਆਂ ਹਨ ਪਰ ਅੱਜ ਗੁਰੂ ਦੀ અપਾਰ ਕਿਰਪਾ ਦੁਆਰਾ ਉਹ ਖਾਲਸਾਪਨ ਦਾ ਸੰਕਲਪ ਮੂਰਤੀਮਾਨ ਕੀਤਾ ਜਾ ਰਿਹਾ ਹੈ ਦੰਦਮਈ ਟਕਸਾਲ ਵੱਲੋਂ ਸੱਦੇ ਗਏ ਸਰਬੱਤ ਖਾਲਸਾ ਸਮੇਂ ਸਥਾਪਿਤ ਕੀਤੀ ਗਈ ਪੰਜ ਮੈਂਬਰੀ ਪੰਥਕ ਕਮੇਟੀ ਅੱਜ ਖਾਲਸਤਾਨ ਦਾ ਐਲਾਨ ਕਰਦੀ ਹੈ। ਅੱਛਾ। ਸੋ ਇਸ ਪੈਰਾਗ੍ਰਾਫ ਦੇ ਵਿੱਚ ਦੋ ਮੁੱਖ ਤੌਰ ਤੇ ਉਭਰਦਾ ਹੈ ਕਿ ਭਾਈ ਜਦੋਂ ਅਸੀਂ ਰਾਜ ਕਰੇਗਾ ਖਾਲਸਾ ਪੜ ਦੇ ਤੇ ਜ਼ਾਹਰ ਹੈ ਕਿ ਇਹ ਸਾਡਾ ਨਿਸ਼ਾਨਾ politcal sovereignty ਦਾ ਹੈ। ਬਿਲਕੁਲ। ਅਜੋਕੇ ਕੰਟੈਕਸਟ ਦੇ ਵਿੱਚ ਜਦੋਂ ਧਰਮਯੁੱਧ ਮੋਰਚਾ ਸ਼ੁਰੂ ਕੀਤਾ ਗਿਆ ਜਿਸ ਦੀ ਮੁੱਖ ਮੰਗ ਅਰੰਗਪੁਰ ਸਾਹਿਬ ਦਾ ਮਤਾ ਸੀ ਜਿਹੜਾ ਪਾਰ ਦੇ ਵਿੱਚ ਇੱਕ ਟ੍ਰੂ ਫੈਡਰ ਢਾਂਚੇ ਦੀ ਗੱਲ ਕਰਦਾ ਸੀ ਕਿ ਤਿੰਨ ਕ ਮਹਿਕਮੇ ਸੈਂਟਰਲ ਗਵਰਨਮੈਂਟ ਆਪਣੇ ਕੋਲ ਰੱਖੇ ਡਿਫੈਂਸ ਫੋਰਨ ਅਫੇਅਰਸ ਕਰੰਸੀ ਹோம் ਬਾਕੀ ਸਟੇਟਾਂ ਨੂੰ ਆਟੋਨਮੀ ਦਿੱਤੀ ਜਾਏ ਖੁਦਮੁਖਤਾਰੀ ਦਿੱਤੀ ਜਾਏ ਲੇਕਿਨ ਉਸ ਦਾ ਜਵਾਬ ਜਿਹੜਾ ਉਹ ਟੈਂਕਾਂ ਤੋਪਾਂ ਦੇ ਹਮਲੇ ਨਾਲ ਦਿੱਤਾ ਸੋ ਇਹਦੇ ਵਿੱਚ ਸੰਤ ਪਿੰਡਾਂ ਵਾਲਿਆਂ ਨੂੰ ਕੋਟ ਕੀਤਾ ਗਿਆ ਹੈ ਕਿ ਭਾਈ ਉਹਨਾਂ ਨੇ ਹੀ ਇਹ ਕਿਹਾ ਸੀ ਕਿ ਜੇ ਹਮਲਾ ਹੋਇਆ ਫੌਜੀ ਹੂੰ ਤੇ ਖਾਲਸਤਾਨ ਦੀ ਨਹੀਂ ਰੱਖੀ ਜਾਏਗੀ ਦੂਸਰਾ ਨੁਕਤਾ ਉਹਦੇ ਚ ਉਹਨਾਂ ਨੇ ਕਿਹਾ ਵੀ ਫਿਰ ਇਸੇ ਨੁਕਤੇ ਨੂੰ 11 April 1980 ਨੂੰ ਜਿਹੜਾ ਸਰਬੱਤ ਖਾਲਸਾ ਹੋਇਆ ਉਸ ਦੇ ਵਿੱਚ ਵੀ ਇਹਦੇ ਤੇ ਮੋਹਰ ਲਾਈ ਗਈ ਔਰ ਅੱਜ ਜਿਹੜੀ ਪੰਜ ਮੈਂਬਰੀ ਪੰਥਕ ਕਮੇਟੀ ਹੈ ਇਸ ਦਾ ਪ੍ਰੋਪਰ ਐਲਾਨ ਕਰਦੀ ਜੀ ਖਾਲਸਾ ਪੰਥ ਅਤੇ ਸਭ ਸਿੱਖ ਸੰਗਤਾਂ ਸਿੰਘਾਂ ਸਿੰਘਣੀਆਂ ਅਤੇ ਮਾਈ ਭਾਈ ਨੂੰ ਖਾਲਸਾ ਜੀ ਦਾ ਇਹ ਆਦੇਸ਼ ਸੁਣਾਇਆ ਜਾਂਦਾ ਹੈ ਤਾਂ ਜੋ ਅਸੀਂ ਸਾਰੇ ਆਪੋ ਆਪਣੀ ਥਾਂ ਤੇ ਆਪੋ ਆਪਣੀ ਸਥਿਤੀ ਮੁਤਾਬਕ ਇਸੇ ਸ਼ੁਭ ਕਾਰਜ ਦੀ ਪੂਰਤੀ ਲਈ ਆਪਣਾ ਤਨ ਮਨ ਧਨ ਅਰਪਈ ਬਣ ਕੇ ਗੁਰ ਸਾਖੀ ਪ੍ਰਵਾਨ ਛੱਡ ਸਕੀਏ ਹੁਣ ਜਦੋਂ ਐਲਾਨ ਕੀਤਾ ਗਿਆ ਫਿਰ ਅਪੀਲ ਜਿਹੜੀ ਹੈ ਉਹ ਸਿੰਘਾਂ ਸਿੰਘਣੀਆਂ ਨੂੰ ਸਮੂਹ ਖਾਲਸਾ ਪੰਥ ਨੂੰ ਸੀ ਕਿ ਤੁਸੀਂ ਆਪੋ ਆਪਣੀ ਸਥਿਤੀ ਮੁਤਾਬਕ ਕਿ ਤੁਸੀਂ ਜਿਸ ਸਿਚੁਏਸ਼ਨ ਚੋਂ ਕਿਵੇਂ ਤੁਸੀਂ ਕੌਮੀ ਕਾਰ ਖਾਲਿਸਤਾਨ ਦੀ ਬਣਥਾ ਚ ਮਦਦ ਕਰ ਸਕਦੇ ਹੋ ਇਸ ਲਈ ਆਪਣਾ ਤਨ ਮਨ ਤਾਪਨ ਅਰਪਣ ਕਰਨ ਦਾ ਜਿਹੜਾ ਸੰਕਲਪ ਕਰੋ ਔਰ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤਾਂ ਕਿ ਤੁਸੀਂ ਗੁਰੂਦਾਰ ਤੇ ਪ੍ਰਵਾਨ ਚੜ ਸਕੋ ਮਰਨ ਮਨਸ਼ਾ ਸੂਰਿਆ ਹੱਕ ਹੈ ਜੇ ਹੋਏ ਮਰਨ ਪ੍ਰਵਾਨੋ ਦੇ ਕਥਨ ਅਨੁਸਾਰ ਹਰ ਕੁਰਬਾਨੀ ਅਤੇ ਕਾਲਣਾ ਲਈ ਤਿਆਰ ਬੈਰ ਤਿਆਰ ਰਹਿਣ ਦਾ ਇਹ ਵਿਗਲ ਅੱਜ ਪੰਜ ਮੈਂਬਰੀ ਪੰਥਕ ਕਮੇਟੀ ਸੰਗਤਾਂ ਨੂੰ ਦਿੰਦੀ ਹੈ ਹੁਣ ਇਹ ਗੁਰਬਾਣੀ ਦੇ ਤੁਕ ਹੈ ਕਿ ਭਾਈ ਹਮੇਸ਼ਾ ਸੱਚ ਦੇ ਰਸਤੇ ਤੇ ਕੁਰਬਾਨ ਹੋਣ ਦੀ ਮਨਸ਼ਾ ਰੱਖਣਾ ਹੈ ਡਿਜ਼ਾਇਰ ਰੱਖਣਾ ਹੈ ਇਹ ਸ ਹਰ ਇੱਕ ਦਾ ਹੱਕ ਹੈ ਸਾਡਾ ਮਰਨ ਮਨਸ਼ਾ ਸੂਰਿਆਂ ਹੱਕ ਹੈ ਜਿਹੜੇ ਸੂਰਬੀਰ ਨੇ ਬਹਾਦਰ ਨੇ ਰੱਬ ਦੇ ਰਸਤੇ ਤੇ ਹੱਕ ਸੱਚ ਇਨਸਾਫ ਦੇ ਰਸਤੇ ਤੇ ਤੁਰੇ ਹੋਏ ਨੇ ਉਹਨਾਂ ਦੀ ਡਿਜ਼ਾਇਰ ਹੱਕ ਹੈ ਪਰ ਅਲਟੀਮੇਟਲੀ ਇਹ ਰੱਬ ਦੇ ਹੱਥ ਹੈ ਕਿ ਕਿਹੜੀ ਸ਼ਹਾਦਤ ਨੂੰ ਰੱਬ ਨੇ ਪ੍ਰਵਾਨ ਕਰਨਾ ਸੋ ਮਰਨ ਮਨਸ਼ਾ ਸੂਰਿਆਂ ਹੱਕ ਹੈ ਜੇ ਹੋਏ ਮਰਨ ਪ੍ਰਵਾਨੋ ਦੇ ਕਥਨ ਅਨੁਸਾਰ ਅਸੀਂ ਉਹਨਾਂ ਨੇ ਪੰਥ ਨੂੰ ਕਾਲ ਦਿੱਤੀ ਹੈ ਔਰ ਕੇ ਭਾਈ ਪੰਜ ਮੈਂਬਰੀ ਪੰਥਕ ਕਮੇਟੀ ਨੇ ਬਗਲ ਬਜਾ ਦਿੱਤਾ ਹੈ ਤੇ ਹੁਣ ਕੁਰਬਾਨੀ ਦੇ ਲਈ ਤਿਆਰ ਹੋ ਤਿਆਰ ਹੋ ਖਾਲਸਾ ਪੰਥ ਦੀ ਮਨਸ਼ਾ ਹੈ ਪ੍ਰੇਮ ਅਤੇ ਪਿਆਰ ਨਾਲ ਗੁਰੂ ਦੀ ਮਿਹਰ ਨਾਲ ਕਾਰਜ ਸਿੱਧੀ ਕਰਨਾ ਹੈ ਸਾਡਾ ਨਾ ਕੋ ਬੈਰੀ ਨਾ ਹੀ ਬਗਾਨਾ ਸਗਲ ਸੰਗ ਹਮ ਕੋ ਬਨ ਆਈ ਦਾ ਪ੍ਰੋਗਰਾਮ ਹੈ ਅਸੀਂ ਕੋਈ ਉਥਲ ਪੁਥਲ ਅਤੇ ਅਜਾਈ ਲਾਉ ਡੋਲਣ ਦੇ ਹੱਕ ਵਿੱਚ ਨਹੀਂ ਅਤੇ ਦੂਸਰਿਆਂ ਪਾਸੋਂ ਵੀ ਇਹੀ ਆਸ ਕਰਦੇ ਹਾਂ ਭਾਰਤ ਦੀ ਹਿੰਦੂ ਬੋਹ ਗਿਣਤੀ ਅਤੇ ਸਰਕਾਰ ਦੇ ਸਾਹਮਣੇ ਸਾਰੇ ਮਸਲੇ ਗੱਲਬਾਤ ਰਾਹੀਂ ਨਜਿੱਠਣ ਲਈ ਆਪਣਾ ਸੰਕਲਪ ਜ਼ਾਹਰ ਕਰਦੇ ਹਾਂ ਅਸੀਂ ਆਸ ਕਰਦੇ ਹਾਂ ਕਿ ਭਾਰਤ ਸਰਕਾਰ ਬ੍ਰਾਹਮਣਵਾਦ ਦੀ ਕੁਟਲ ਨੀਤੀ ਤੋਂ ਪ੍ਰਭਾਵਿਤ ਨਾ ਹੁੰਦਿਆਂ ਅਸਲੀ ਨੂੰ ਅਸਲੀ ਰੂਪ ਵਿੱਚ ਗ੍ਰੈਂਡ ਕਰੇਗੀ ਅਤੇ ਖਾਲਸਤਾਨ ਦੀ ਹੋਂਦ ਨੂੰ ਰਾਜਸੀ ਮਾਨਤਾ ਦੇਵੇਗੀ ਇਹੋ ਹੀ ਭਾਰਤ ਦਾ ਅਸਲੀ ਸਤਿਆਗ੍ਰਹਿ ਹੋਵੇਗਾ ਹੁਣ ਜਦੋਂ ਡੈਕਲੇਰੇਸ਼ਨ ਕਰ ਦਿੱਤੀ ਕੌਮ ਨੂੰ ਕਾਲ ਦਿੱਤੀ ਕਿ ਭਾਈ ਤਿਆਰ ਵਰ ਤਿਆਰ ਤਨਮਨ ਤਨ ਨਾਲ ਰਹੋ ਹੁਣ ਉਹ ਸੰਬੋਧਿਤ ਹੋਏ ਭਾਰਤ ਦੀ ਸਰਕਾਰ ਵੱਲ ਕਿ ਭਾਈ ਜਿਹੜਾ ਪੰਥ ਹੈ ਅਸੀਂ ਬੇਮਤਲਬ ਨਾ ਟਕਰਾ ਚਾਹੁੰਦੇ ਹਾਂ ਤੇ ਅਜਾਈਂ ਲੋਹ ਡੋਲਣ ਦੇ ਹੱਕ 'ਚ ਨਹੀਂ ਮਤਲਬ ਅਸੀਂ ਨਹੀਂ ਚਾਹੁੰਦੇ ਕਿ ਬਿਨਾਂ ਵਜ੍ਹਾ ਕਿਸੇ ਦਾ ਵੀ ਖੂਨ ਡੋਲੇ ਬਿਲਕੁਲ ਔਰ ਹਰ ਮਸਲੇ ਨੂੰ ਅਸੀਂ ਪਿਆਰ ਨਾਲ ਤੇ ਪਿਆਰ ਨਾਲ ਹੀ ਹੱਲ ਕਰਨਾ ਚਾਹੁੰਦੇ ਹਾਂ ਕਿਉਂਕਿ ਸਾਡਾ ਤਾਂ ਸਿਧਾਂਤ ਹੀ ਹੈ ਨਾ ਕੋਈ ਵੈਰੀ ਨਹੀਂ ਬਗਾਨਾ ਸਗਲ ਸੰਗ हमको बनाई और असी जेड़ा है हुण भारत सरकार दे सामने ए अपनी डिजायर एक्सप्रेस कर दे कि भाई असी ਗੱਲਬਾਤ ਰਾਈ ਜਿਹੜਾ ਇਹਨਾਂ ਮਸਲਿਆਂ ਨੂੰ ਹੱਲ ਕਰਨਾ ਚਾਹੁੰਦੇ ਕਿ اور ਅਸੀਂ ਇਹ ਆਸ ਕਰਦੇ ਕਿ भारत सरकार ब्राह्मणवाद दी कुटल नीति तो प्रभावित ਨਹੀਂ ਹੋਏਗੀ ਸਾਡੇ ਨਾਲ ਡੀਲ ਕਰਦੇ ਔਰ ਉਸ ਸਚਾਈ ਦੇ ਉੱਤੇ ਖਲੋ ਕੇ ਖਾਲਿਸਤਾਨ ਨੂੰ ਮਾਨਤਾ ਦੇਗੀ ਖਾਲਸਾਣ ਦੀ ਹੋਂਦ ਨੂੰ ਮਾਨਤਾ ਦੇਵੇਗੀ ਤੇ ਜੇ ਭਾਰਤ ਨੇ ਆਪਣੇ ਆਪ ਨੂੰ ਸਤਿਆਗ੍ਰਹਿ ਮੰਨਣ ਵਾਲਾ ਗਾਂਧੀ ਦੀ ਲੇਗੇਸੀ ਦਾ ਪੁਜਾਰੀ ਬਣਾਇਆ ਹੋਇਆ ਤੇ ਭਾਰਤ ਦਾ ਅਸਲੀ ਸਤਿਆਗ੍ਰਹਿ ਹੀ ਹੋਏਗਾ ਕਿ ਉਹ ਸਿੱਖਾਂ ਨੂੰ ਜਿਹੜਾ ਖਾਲਸਾਣ ਨੂੰ ਸਿਆਸੀ ਤੌਰ ਦੇ ਉੱਤੇ ਰੈਕਗਨਾਈਜ਼ ਕਰੇ ਬਿਲਕੁਲ ਹੁਣ ਰਾਜ ਸੀ ਮਾਨਤਾ ਇੱਕ ਪਾਸੇ ਉਹਨਾਂ ਨੇ ਇੰਡੀਅਨ ਸਟੇਟ ਨੂੰ ਕਿਹਾ ਫਿਰ ਪੰਥਕ ਕਮੇਟੀ ਨੇ ਐਡਰੈਸ ਦੂਸਰੀਆਂ ਹਕੂਮਤਾਂ ਨੂੰ ਕੀਤਾ ਖਾਲਸਾ ਪੰਥ ਦੁਨੀਆ ਦੀਆਂ ਸਭ ਸਰਕਾਰਾਂ ਪਾਸੋਂ ਖਾਸ ਕਰਕੇ ਅਮਰੀਕਾ ਇੰਗਲੈਂਡ ਪਾਕਿਸਤਾਨ ਚੀਨ ਕੈਨੇਡਾ ਵੈਸਟ ਜਰਮਨੀ ਅਤੇ ਵਾਰਸਾ ਸੰਧੀ ਦੇਸ਼ਾਂ ਜਿਨ੍ਹਾਂ ਵਿੱਚ ਇਟਲੀ ਫਰਾਂਸ ਜਾਪਾਨ শ্রীলঙ্কা ਨੇਪਾਲ ਬਰਮਾ ਪੁਟਾਹਨ ਬੰਗਲਾਦੇਸ਼ ਈਰਾਨ ਇਰਾਕ ਸਾਊਦੀ ਅਰੇਬੀਆ ਇਜ਼ਰਾਈਲ ਇਕਵਾਡੋਰ ਆਦ ਸਭ ਸਰਕਾਰਾਂ ਪਾਸੋਂ ਰਾਜਸੀ ਮਾਨਤਾ ਦੀ ਮੰਗ ਕਰਦਾ ਹੈ ਯੂਨੋ ਤੇ ਉਸਦੇ ਸਾਰੇ ਮੈਂਬਰ ਦੇਸ਼ਾਂ ਤੋਂ ਵੀ ਅਸੀਂ ਰਾਜਸੀ ਮਾਨਤਾ ਦੀ ਮੰਗ ਕਰਦੇ ਇਹ ਬੜਾ ਇੰਪੋਰਟੈਂਟ ਹੈ ਔਰ ਉਹਦੇ ਜਿੱਥੇ ਉਹਨਾਂ ਨੇ ਯੂਰੋਪੀਅਨ ਯੂਨੀਅਨ ਵਾਲੇ ਮੁਲਕਾਂ ਨੂੰ ਐਡਰੈਸ ਕੀਤਾ ਵਾਰਸਾ ਸੰਧੀ ਵਾਲਿਆਂ ਨੂੰ ਐਡਰੈਸ ਕੀਤਾ ਹੁਣ ਇਹ ਦੋਨੋਂ ਪਾਸੇ ਨੇ ਇੱਕ ਪਾਸੇ ਨੈਟੋ ਸੀ ਇੱਕ ਪਾਸੇ ਵਾਰਸਾ ਮੁਲਕ ਸੀ ਸੋ ਦੋਨਾਂ ਨੂੰ ਉਹਨਾਂ ਨੇ ਕਿਹਾ ਨਾਲ ਦੀ ਨਾਲ ਯੂਨ ਦੇ ਮੈਂਬਰ ਦੇਸ਼ਾਂ ਨੂੰ ਪਰ ਇਹਦੇ ਚ ਇੱਕ ਜਿਹੜਾ ਹੀ ਬੜਾ ਇੰਟਰਸਟਿੰਗ ਮੁਲਕ ਹੈ ਇਕਵਾਡੋਰ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਇੱਕ ਸਟੇਜ ਤੇ ਇਕਵਾਡੋਰ ਨੇ ਲਗਭਗ ਮਾਨਤਾ ਦੇ ਦਿੱਤੀ ਸੀ ਖਾਰਿਸਤਾਨ ਨੂੰ ਖਾਰਿਸਤਾਨ ਦੀ ਐਮਬੈਸੀ ਵੀ ਉਹਨਾਂ ਨੇ ਖੋਲ੍ਹ ਲਈ ਖੋਲ੍ਹ ਦਿੱਤੀ ਸੀ ਔਰ ਉਹਨਾਂ ਨੂੰ ਇਹ ਪਤਾ ਸੀ ਕਿ ਸਿੱਖ ਬਹੁਤ ਮਿਹਨਤੀ ਕਿਸਾਨ ਨੇ ਜ਼ਮੀਨ ਆਬਾਦ ਕਰਨਗੇ ਪਰ ਜਿਉਂ ਹੀ ਇਹ ਸਾਰਾ ਹੋਇਆ ਇੰਡੀਅਨ ਗਵਰਨਮੈਂਟ ਨੇ ਉੱਥੇ ਆਪਣਾ ਜ਼ੋਰ ਲਾ ਕੇ ਜਿਹੜਾ ਇਕਵਾਡੋਰ ਦਾ ਪ੍ਰੈਜ਼ੀਡੈਂਟ ਸਿੱਖਾਂ ਨਾਲ ਸਿੰਪੈਥਾਈਜ਼ ਕਰਦਾ ਸੀ ਉਹਦਾ ਤਖਤਾ ਪਲਟ ਦਿੱਤਾ ਸੀ ਔਰ ਉੱਥੋਂ ਜਿਹੜਾ ਫਿਰ ਉਹ ਸਾਰਾ ਗੱਲ ਨਵੀਂ ਜਿਹੜੇ ਆਏ ਉਹ ਬ੍ਰੋ ਇੰਡੀਆ ਇਸ ਸੋ ਇਹ ਇਸ ਮਾਮਲੇ ਦੇ ਵਿੱਚ ਇੱਕ ਬੜੀ ਯੂਨਿਕ ਗੱਲ ਹੈ ਕਿ ਕਿਉਂਕਿ ਉਸ ਵੇਲੇ ਇਕਵਾਡੋਰ ਦੇ ਨਾਲ ਕਿਸੇ ਲੈਵਲ ਦੇ ਉੱਤੇ ਗੱਲਬਾਤ ਚੱਲ ਰਹੀ ਸੀ ਔਰ ਬੜੇ ਬ੍ਰੀਫ ਅਰਸੇ ਦੇ ਲਈ ਇਕਵਾਡੋਰ ਨੇ ਇਵਨ ਖਾਲਿਸਤਾਨ ਦੇ ਪਾਸਪੋਰਟਾਂ ਨੂੰ ਵੀ ਰੈਕਗਨਾਈਜ਼ ਕੀਤਾ ਸੀ ਬਿਲਕੁਲ ਅਸੀਂ ਆਸ ਕਰਦੇ ਹਾਂ ਕਿ ਖਾਲਿਸਤਾਨ ਦੀ ਨਵੀਂ ਬਣਨ ਵਾਲੀ ਸਰਕਾਰ ਛੇਤੀ ਤੋਂ ਛੇਤੀ ਹੋਂਦ ਵਿੱਚ ਆ ਜਾਏਗੀ ਪਰ ਇਹ ਰਾਜਸੀ ਮਾਨਤਾ ਦੀ ਮੰਗ ਪੰਥ ਆਪਣੀ ਸਰਕਾਰ ਵੱਲੋਂ ਹੀ ਮੰਗ ਰਿਆ ਹੈ ਤਾਂ ਜੋ ਮਾਨਤਾ ਦੀ ਦੇਰੀ ਕਾਰਨ ਪੈਦਾ ਹੋਣ ਵਾਲੇ ਮਸਲੇ ਖੜੇ ਹੋਣ ਤੋਂ ਪਹਿਲਾਂ ਹੀ ਰੋਕੇ ਜਾ ਸਕਣ ਭਾਰਤ ਸਰਕਾਰ ਤੋਂ ਮਾਨਤਾ ਦੀ ਮੰਗ ਅਸੀਂ ਪਹਿਲਾਂ ਹੀ ਕਰ ਚੁੱਕੇ ਹਾਂ ਤਾਂ ਕਿ ਚੰਗੇ ਗੁਆਂਢੀਆਂ ਵਾਲਾ ਵਾਤਾਵਰਨ ਮੌਜੂਦਾ ਪੰਜਾਬ ਤੇ ਸਾਰੇ ਭਾਰਤ ਵਿੱਚ ਅਮਨ ਚੈਨ ਭਾਈਪਰਪਨ ਅਤੇ ਸਹਿਨਸ਼ੀਲਤਾ ਨੂੰ ਉਭਾਰੇ ਅਤੇ ਅਜੋਕੇ ਸਮੇਂ ਦੀ ਕੁੜੱਤਨ ਸਮਾਪਤ ਕੀਤੀ ਜਾ ਸਕੇ ਉਹਨਾਂ ਇੱਥੇ ਦੋ ਨੁਕਤੇ ਸੀ ਕਿਉਂਕਿ ਪੰਜ ਮੈਂਬਰੀ ਪੰਥਕ ਕਮੇਟੀ ਧਾਰਮਿਕ ਅਤੇ ਰਾਜਸੀ ਅਗਵਾਈ ਦੇ ਲਈ ਜਿਹੜੀ ਹੈ ਉਹ ਸਰਬੱਤ ਖਾਲਸਾ ਨੇ ਥਾਪੀ ਸੀ ਪਰ ਜਦੋਂ ਮੰਨਤਾ ਮੰਗੀ ਜਾਂਦੀ ਹੈ ਜਾਂ ਮੰਨਤਾ ਮਿਲਦੀ ਹੈ ਜਾਂ ਕੋਈ ਹਕੂਮਤ ਰਨ ਹੁੰਦੀ ਹੈ ਤਾਂ ਗਵਰਨਮੈਂਟ ਟੂ ਗਵਰਨਮੈਂਟ ਲੈਵਲ ਹੁੰਦੀ ਹੈ ਸੋ ਪੰਜ ਮੈਂਬਰਾਂ ਨੇ ਇਹ ਤਾਂ ਕਲੇਮ ਨਹੀਂ ਕੀਤਾ ਵੀ ਅਸੀਂ ਖਾਲਿਸਤਾਨ ਦੀ ਹਕੂਮਤ ਹੈ ਸੋ ਉਹਨਾਂ ਨੇ ਇਹ ਰਿਜ਼ੋਲਵ ਕੀਤਾ ਸੀ ਜਿਹੜਾ ਪੂਰਾ ਨਹੀਂ ਹੋ ਸਕਿਆ ਕਿ ਬਹੁਤ ਜਲਦੀ ਜਿਹੜਾ ਸਾਡੀ ਗਵਰਨਮੈਂਟ ਹਾਲਾਂ ਉਸ ਤੋਂ ਬਾਅਦ ਜਲਾਵਤਨ ਸਰਕਾਰਾਂ ਤੇ ਚਾਰ ਬਣੀਆਂ ਹਰ ਇੱਕ ਨੇ ਆਪੋ ਆਪਣਾ ਜਿਹੜਾ ਡਮਰੂ ਵਜਾਇਆ ਉਹ ਇੱਕ ਵੱਖਰਾ ਵਿਸ਼ਾ ਹੈ ਲੇਕਿਨ ਇਹ ਇਸਦੀ ਇੰਟੈਂਟ ਸੀ ਕਿ ਵੀ ਅਸੀਂ ਜਿਹੜੀ ਹੈ ਇਸ ਲਈ ਮਾਨਤਾ ਦੀ ਮੰਗ ਕਰ ਰਹੇ ਹਾਂ ਤਾਂ ਕਿ ਮਾਨਤਾ ਮਿਲਣ ਤੋਂ ਬਾਅਦ ਜਿਹੜੀ ਸਾਡੇ ਵੱਲੋਂ ਜਿਹੜੀ ਸਰਕਾਰ ਹੋਣ ਚਾਹੇਗੀ ਉਹਨਾਂ ਦੇ ਨਾਲ ਗੱਲਬਾਤ ਹੋਵੇ ਔਰ ਭਾਰਤ ਨੂੰ ਵੀ ਇਹ ਕਿਹਾ ਕਿ ਭਾਈ ਤੁਸੀਂ ਸਾਡੇ ਗੁਆਂਢੀ ਰਹਿਣਾ ਅਲਟੀਮੇਟਲੀ ਜਮਨਾਪਾਰ ਦਰਿਆ ਦਾ ਕੰਢੇ ਹੀ ਹੁੰਦਾ ਹੈ ਨਾ ਇਧਰੋਂ ਅਸੀਂ ਵਾਗਾ ਤੋਂ ਜਮਨਾ ਤੱਕ ਜਾਣਾ ਹੈ ਜਮਨਾ ਦੇ ਦੂਜੇ ਪਾਸੇ ਗੰਗਾ ਜਮਨਾ ਵਾੜੇ ਇਹਨਾਂ ਨੇ ਹੋਣਾ ਵੀ ਗਵਾਂਢੀ ਦਾ ਅਸੀਂ ਰਹਿਣਾ ਹੀ ਸੋ ਬਜਾਏ ਕਿ ਕੁੜਿੱਤਣ ਪੈਦਾ ਹੋਏ ਜਾਂ ਹੋਰ ਨਾਜਾਇਜ਼ ਬਲੱਡ ਸ਼ੈਡ ਹੋਏ ਜਿਵੇਂ ਉੱਪਰ ਕਿਹਾ ਗਿਆ ਸੀ ਤੁਸੀਂ ਸਾਨੂੰ ਜਿਹੜਾ ਉਹ ਮਾਨਤਾ ਦਿਓ ਤਾਂ ਕਿ ਅਮਨ ਚੈਨ ਔਰ ਪ੍ਰਪੰਤ ਸਹਿਨਸ਼ੀਲਤਾ ਇਸ ਦਾ ਉਭਾਰ ਹੋਵੇ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਖਾਲਸਤਾਨ ਦੀ ਹੋਂਦ ਵਿੱਚ ਆ ਜਾਣ ਨਾਲ ਸਾਰੀਆਂ ਰਾਜਸੀ ਫੌਜੀ ਅਤੇ ਸਿਆਸੀ ਕਾਰਵਾਈਆਂ ਕਰੇ ਜਿਸ ਤਰ੍ਹਾਂ ਫੌਜੀ ਕਬਜ਼ਾ ਖਤਮ ਕਰਨਾ ਅਤੇ ਸਾਰੇ ਜ਼ਾਹਰਾਨਾ ਫੌਜੀ ਅਤੇ ਨੀਮ ਫੌਜੀ ਦਸਤਿਆਂ ਨੂੰ ਕੱਢਣਾ ਸਰਕਾਰੀ ਅਤੇ ਪ੍ਰਬੰਧਕੀ ਢਾਂਚਿਆਂ ਨੂੰ ਖਾਲਸਤਾਨੀ ਹadesh ਮੰਨਣ ਦੀ ਹਦਾਇਤ ਕੀਤੀ ਜਾਣੀ ਚਾਹੀਦੀ ਹੁਣ ਇਹ ਵੀ ਭਾਰਤ ਸਰਕਾਰ ਨੂੰ ਐਡਰੈਸ ਹੈ ਕਿ ਉਹ ਕਿਉਂਕਿ ਖਾਲਸਤਾਨ ਦੀ ਅਸੀਂ ਹੁਣ ਡੈਕਲੇਰੇਸ਼ਨ ਕਰ ਦਿੱਤੀ ਹੈ ਔਰ ਇਸ ਲਈ ਭਾਰਤ ਇੱਥੇ ਆਪਣੀਆਂ ਫੌਜਾਂ ਨੀਮ ਫੌਜੀ ਦਸਤੇ ਸੈਂਟਰਲ ਫੋਰਸਸ ਸੀਆਰਪੀਏ ਫਰ ਬੀਐਸਐਫ ਔਰ ਦੂਸਰੇ ਨੂੰ ਬਾਹਰ ਕੱਢੋ ਔਰ ਉਹਨਾਂ ਨੂੰ ਜਿਹੜਾ ਇਹ ਆਦੇਸ਼ ਦਿੱਤਾ ਜਾਏ ਕਿ ਜਿਹੜੀ ਖਾਲਸਤਾਨ ਦੇ ਹੁਣ ਹਕੂਮਤ ਬਣੇਗੀ ਉਸ ਦੇ ਆਰਡਰਸ ਨੂੰ ਉਹ ਅਬੇਕਾਰਨ ਖਾਲਸਤਾਨ ਮੌਜੂਦਾ ਤਰਜੇ ਹਕੂਮਤ ਉਬਲੀਕ ਪ੍ਰਬੰਧ ਕੀ ਬਾਨਣ ਨੂੰ ਵਿੱਚ ਫਿਲਹਾਲ ਕੋਈ ਵੱਡੀ ਤਬਦੀਲੀ ਨਹੀਂ ਕਰਨਾ ਚਾਹੁੰਦਾ ਹੈ ਤਾਂ ਜੋ ਰੋਜ਼ ਦੇ ਕਮਾਕਾਰਾਂ ਵਿੱਚ ਵਿਗੜਾ ਨਾ ਪਵੇ ਸਿਰਫ ਪੰਜਾਬ ਸਰਕਾਰ ਉਬਲੀਕ ਭਾਰਤ ਸਰਕਾਰ ਦੀਆਂ ਮੋਹਰਾਂ ਖਾਲਸਤਾਨ ਦੀਆਂ ਮੋਹਰਾਂ ਵਿੱਚ ਬਦਲ ਜਾਣਗੀਆਂ ਹੁਣ ਉਹਨਾਂ ਨੇ ਕਿਹਾ ਜੇ ਅਸੀਂ ਅਜੇ ਫੌਰਨ ਜਿਹੜਾ ਤਰਜ਼ੇ ਹਕੂਮਤ ਜੋ ਚੱਲ ਰਿਹਾ ਹੈ ਉਹਨੂੰ ਐਸਾ ਚ ਹੀ ਰੱਖਣਾ ਚਾਹੁੰਦੇ ਸਿਰਫ ਪਹਿਲੀ ਸਟੈਪ ਦੇ ਤੌਰ ਤੇ ਜਿਹੜੀ ਇੰਡੀਅਨ ਗਵਰਨਮੈਂਟ ਦੀ ਸਟੈਂਪ ਹੈ ਉਸ ਦੀ ਥਾਂ ਤੇ ਖਾਲਸਤਾਨ ਦੀ ਮੋਹਰ ਲੱਗੇਗੀ ਜੋ ਵੀ ਸਰਕਾਰੀ ਆਰਡਰ ਹੋਣਗੇ ਤਾਂ ਕਿ ਕੋਈ ਵੀ ਵੱਡੀ ਉਥਲ ਪੁਥਲ ਨਾ ਹੋਏ ਸਿੱਖ ਸੰਗਤਾਂ ਨੂੰ ਖਾਸ ਕਰਕੇ ਆਦੇਸ਼ ਦਿੱਤਾ ਜਾਂਦਾ ਹੈ ਕਿ ਉਹ ਸਬਰ ਅਤੇ ਸਹਿਨਸ਼ੀਲਤਾ ਤੋਂ ਕੰਮ ਲੈਣ ਸਰਕਾਰੀ ਕਰਮਚਾਰੀਆਂ ਤੇ ਸਿੱਖ ਫੌਜੀਆਂ ਦੀ ਹਰ ਤਰ੍ਹਾਂ ਦੇ ਸਰਕਾਰੀ ਉਬਲੀਕ ਨੀਮ ਸਰਕਾਰੀ ਮੁਲਾਜ਼ਮਾਂ ਨੂੰ ਪੰਥ ਦੇ ਸਪਸ਼ਟ ਹੁਕਮਾਂ ਦੀ ਇੰਤਜ਼ਾਰ ਕਰਨੀ ਚਾਹੀਦੀ ਹੈ ਅਤੇ ਕਿਸੇ ਕਿਸਮ ਦੀ ਪੜਗਾਟ ਵਿੱਚ ਆਏ ਬਗੈਰ ਆਪਣੀ ਡਿਊਟੀ ਇਮਾਨਦਾਰੀ ਅਤੇ ਨਿਯਮ ਅਨੁਸਾਰ ਨਿਭਾਉਂਦੇ ਰਹਿਣਾ ਚਾਹੀਦਾ ਹੈ ਇਹ ਆਦੇਸ਼ ਅਤ ਜ਼ਰੂਰੀ ਹੈ ਤਾਂ ਜੋ ਖਾਲਸੇ ਦੀ ਮਨਸ਼ਾ ਅਨਸਾਰ ਹਰ ਕਿਸਮ ਦੀ ਉਥਲ ਪਥਲ ਤੋਂ ਬਚਿਆ ਜਾ ਸਕੇ ਅਤੇ ਸਰਕਾਰੀ ਪ੍ਰਾਪਰਟੀ ਉਬਲੀਕ ਸਾਧਨਾਂ ਦਾ ਕੋਈ ਨੁਕਸਾਨ ਨਾ ਹੋ ਸਕੇ ਹੁਣ ਇਹ ਆਦੇਸ਼ ਜਿਹੜਾ ਉਹ ਸਿੱਖ ਸੰਗਤਾਂ ਨੂੰ ਦਿੱਤਾ ਗਿਆ ਕਿ ਵੀ ਇਸ ਵੇਲੇ ਕੋਈ ਕਾੜੀ ਜਲਦਬਾਜ਼ੀ ਨਾ ਕਰੋ ਸਬਰ ਤੇ ਸਹਿਨਸ਼ੀਲਤਾ ਜਰੋ ਔਰ ਇਸ ਵੇਲੇ ਜੋ ਤੁਸੀਂ ਡਿਊਟੀਆਂ ਕਰ ਰਹੇ ਹੋ ਜਿਹੜਾ ਫੌਜੀ ਹੈ ਪੁਲਸੀ ਹੈ ਸਿਵਲ ਸਰਵੈਂਟ ਹੈ ਉਹ ਆਪਣਾ ਕੰਮ ਕਰਦੇ ਰਹੋ ਤਾਂ ਕਿ ਜਿਹੜਾ ਵੀ ਮਤਲਬ ਕੋਈ ਉਥਲ ਪਥਲ ਨਾ ਹੋਏ ਔਰ ਸਰਕਾਰੀ ਜਾਇਦਾਦ ਦਾ ਕੋਈ ਨੁਕਸਾਨ ਨਾ ਹੋਵੇ ਨੁਕਸਾਨ ਨਾ ਹੋਵੇ ਖਾਲਸਤਾਨ ਦੀ ਸਰਕਾਰ ਗਠਨ ਕਰਨ ਦਾ ਕੰਮ ਖਾਲਸਤਾਨ ਦੇ ਨਿਸ਼ਚਿਤ ਕੀਤੇ ਪ੍ਰਧਾਨ ਮੰਤਰੀ ਮੁਖੀ ਨੂੰ ਸੌਂਪ ਦਿੱਤਾ ਗਿਆ ਹੈ ਜਿਹੜਾ ਕਿ ਇਸ ਨੂੰ ਥੋੜੇ ਤੋਂ ਥੋੜੇ ਸਮੇਂ ਵਿੱਚ ਪੂਰਾ ਕਰਕੇ ਐਲਾਨ ਕਰ ਦੇਵੇਗਾ ਸਭ ਸਿੱਖ ਸਿਆਸੀ ਜਥੇਬੰਦੀਆਂ ਨੂੰ ਆਦੇਸ਼ ਦਿੱਤਾ ਜਾਂਦਾ ਹੈ ਕਿ ਉਹ ਖਾਲਸਤਾਨ ਪ੍ਰਤੀ ਆਪਣੀ ਸਹਿਮਤੀ ਤੇ ਵਫਾਦਾਰੀ ਦਾ ਐਲਾਨ ਕਰਕੇ ਖਾਲਸਤਾਨ ਨੂੰ ਕਾਮਯਾਬ ਬਣਾਉਣ ਵਿੱਚ ਆਪਣਾ ਪੂਰਾ ਪੂਰਾ ਸਹਿਯੋਗ ਦੇਣ ਇਸ ਸਮੇਂ ਮੱਤभेद ਪਿੱਛੇ ਪਾ ਕੇ ਪੰਥਕ ਏਕੇ ਦਾ ਸਬੂਤ ਦੇਣਾ ਹਰ ਸਿੱਖ ਦਾ ਫਰਜ਼ ਹੈ ਹਾਲਾਂ ਜਿਹੜਾ ਇਹ ਇਹਦੇ ਵਿੱਚ ਕਿਹਾ ਗਿਆ ਸੀ ਕਿ ਭਾਈ ਅਸੀਂ ਉਹਦਾ ਪ੍ਰਧਾਨ ਮੰਤਰੀ ਥਾਪ ਦਿੱਤਾ ਹੈ ਔਰ ਇਹਦੇ ਬਾਰੇ ਐਲਾਨ ਕੀਤਾ ਜਾਏਗਾ ਅਨਫੋਰਚੂਨੇਟਲੀ ਐਲਾਨ ਕਦੇ ਵੀ ਨਹੀਂ ਹੋ ਸਕਿਆ ਇਸ ਦੇ ਡਿਫਰੈਂਟ ਰੀਜ਼ਨ ਨੇ ਮੈਂ ਇਸ ਦੇ ਵਿੱਚ ਨਹੀਂ ਪਾਵਾਂਗਾ ਪਰ ਉਹਨਾਂ ਨੇ ਸਿੱਖ ਜਿਹੜੀਆਂ ਸਿਆਸੀ ਔਰ ਧਾਰਮਿਕ ਜਮਾਤਾਂ ਸੀ ਉਹਨਾਂ ਨੂੰ ਇਹ ਜਿਹੜੀ ਬੇਨਤੀ ਜ਼ਰੂਰ ਕੀਤੀ ਕਿ ਉਹ ਖਾਲਸਾਤਾਨ ਦੇ ਲਈ ਆਪਣੀ ਵਫਾਦਾਰੀ ਦਾ ਐਲਾਨ ਕਰਨ ਜੀ ਹੁਣ ਅਸੀਂ ਸੋਸ਼ਲ ਸਟਰਕਚਰ ਦੀ ਗੱਲ ਕਿ ਕੀ ਹੋਇਆਗਾ ਸਮਾਜਿਕ ਢਾਂਚਾ ਹਮ ਖਾਲਸਾਤਾਨ ਗੁਰੂ ਆਸ਼ੇ ਅਨਸਾਰ ਆਪਣਾ ਸਮਾਜਿਕ ਢਾਂਚਾ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਉ ਮੈਂ ਸਾਰਾ ਦੇ ਆਧਾਰ ਤੇ ਬਣਾਏਗਾ ਹਮ ਮਨੁੱਖਤਾ ਤੇ ਪਛੜੇ ਹੋਏ ਪਿੰਡੂ ਸਮਾਜ ਨੂੰ ਵੇਚਖਾਨ ਲੁੱਟਕਸੋਟ ਦੀ ਆਗਿਆ ਨਹੀਂ ਦੇਵੇਗਾ ਖਾਲਸਾ मुनाफाखोरी ब्लैक मार्केट मिलावट ਅਤੇ ਅਜਿਹੀਆਂ ਹੋਰ ਸਮਾਜਿਕ ਤਰੁੱਟੀਆਂ ਨੂੰ ਬਰਦਾਸ਼ਤ ਨਹੀਂ ਕਰੇਗਾ ਅਤੇ ਨਾ ਹੀ ਲੋਕਾਂ ਨੂੰ ਮਨੋਵਿਗਿਆਨਕ ਢੰਗ ਨਾਲ ਬੌਣੇ ਬਣਾਉਣ ਦੀ ਆਗਿਆ ਦੇਵੇਗਾ ਹੁਣ ਇਹ ਬੜਾ ਅਹਿਮ ਹੈ ਕਿ ਅੱਜ ਜਦੋਂ ਅਸੀਂ ਭਾਰਤੀ ਸਿਸਟਮ ਦੇ ਅੰਦਰ ਦੇਖਦੇ ਹਾਂ ਤੇ ਉੱਤੋਂ ਥੱਲੇ ਤੱਕ ਕਰਪਸ਼ਨ ਨੇ ਟੇਕਓਵਰ ਕੀਤਾ ਹੋਇਆ ਉਹ ਕਰਪਸ਼ਨ ਸਿਰਫ ਸਰਕਾਰੀ ਅਦਾਰਿਆਂ ਤੱਕ ਹੀ ਮ hạnੂਦ ਨਹੀਂ ਹੈ ਤੁਸੀਂ ਬਲੈਕ ਮਾਰਕਟਿੰਗ ਕਿਸ ਢੰਗ ਦੇ ਨਾਲ ਜਿਹੜਾ ਐਕਸਪਲੋਇਡ ਕੀਤਾ ਜਾਂਦਾ ਔਰ ਕਿਵੇਂ ਸਮਾਜ ਦਾ ਇੱਕ ਵਰਗ ਜਿਹੜਾ ਆਲਮੋਸਟ 3% ਉਹਨਾਂ ਦੀ ਆਬਾਦੀ ਹੈ ਉਹਨੇ ਬਾਕੀ ਸਭ ਨੂੰ ਇਹਨਾਂ 75 ਸਾਲਾਂ 'ਚ ਜੇ ਕਹਿਣਾ ਹੋਏ ਤਾਂ ਕਿਸ ਤਰ੍ਹਾਂ ਗੁਰਬਤ ਦੇ ਵਿੱਚ ਧੱਕਿਆ ਸੋ ਮੁੱਢਲੇ ਤੌਰ ਦੇ ਉੱਤੇ ਜਦੋਂ ਅਸੀਂ ਖਾਲਸੇ ਦੇ ਕਾਨਸੈਪਟ 'ਚ ਯੂਨੀਕਨੈਸ ਔਰ ਉਸ 10ਵੇਂ ਪਾਸ਼ਾ ਦੇ ਇਸ ਫਰਮਾਨ ਨੂੰ ਕੋਟ ਕੀਤਾ ਗਿਆ ਹੈ ਕਿ ਕਿਉਂਕਿ ਖਾਲਸਾ ਨੇ ਆ ਰਹਾ ਸਾਡਾ ਸਮਾਜਿਕ ਢਾਂਚਾ ਜਬਲ ਖਾਲਸਾ ਰਹੇ ਨੇ ਆ ਰਹਾ ਜੋ ਗੁਰੂ ਦਾ ਨੇ ਸਾਜਿਆ ਹੋਇਆ ਉਸ ਦੇ ਆਧਾਰ ਦੇ ਉੱਤੇ ਹੋਏਗਾ ਔਰ ਇਨਸਾਨੀਅਤ ਪਹਿਲਾ ਮਜ਼ਹਬ ਹੋਏਗਾ ਇਸ ਖਾਲਸਾਣ ਮੁਲਕ ਦੇ ਅੰਦਰ ਤੇ ਪਿੰਡੂ ਸਮਾਜ ਹੁਣ ਜੇ ਤੁਸੀਂ ਦੇਖੋਗੇ ਔਰ ਇਹਦੇ ਤੇ ਜਿਹੜਾ ਸਾਡਾ ਕਾਊਂਟਰ ਵਾਈਟ ਪੇਪਰ ਸੀ ਵਾਈਟ ਪੇਪਰ ਦੇ ਜਵਾਬ ਚ ਉਹਦੇ ਚ ਦੋ ਫਰੇਜ਼ ਯੂਜ਼ ਕੀਤੇ ਹੋਏ ਸੀ ਰੂਰਲ ਆਇਟ ਵਰਸਸ 엘ੀਟ ਅਰਬਨ ਆਇਟ ਹਮ ਕਿ ਇਹ ਜਿਹੜੇ ਅਲੀਤ ਕਲਾਸ ਹੈ अर्बन ਸ਼ਹਿਰਾਂ ਚ ਬੈਠ ਕੇ ਜਿਹੜੇ ਪਿੰਡੂਆਂ ਨੂੰ ਗਵਾਰ ਸਮਝਦੇ ਨੇ ਔਰ ਪਿੰਡੂਆਂ ਦੀ ਲੁੱਟ ਖਸੁੱਟ ਦੇ ਵਿੱਚ ਸਵਾਦ ਲੈਂਦੇ ਨੇ ਉਹਨਾਂ ਨੂੰ ਜਿਹੜਾ ਇਹ ਬਿਲਕੁਲ ਯਰਗਮਾਲ ਬਣਾਇਆ ਹੋਇਆ ਉਹਨਾਂ ਨੇ ਔਰ ਉਹਨਾਂ ਦੀ ਗੁਰਬਤ ਨੂੰ ਐਕਸਪਲੋਇਟ ਕਰਕੇ ਜਿਹੜੇ ਮਿਲੀਅਨਰ ਤੋਂ ਬਿਲੀਅਨਰ ਬਣਦੇ ਨੇ ਆ ਤੁਸੀਂ ਸਾਰੇ ਅੰਬਾਨੀ ਅਡਾਨੀ ਇਹਨਾਂ ਦੀ ਦੇਖੋ ਇਹ ਲੁੱਟ ਖਸੁੱਟ ਚੋਂ ਨਿਕਲੇ ਨੇ ਸੋ ਇਹ ਮੁੱਢਲੇ ਤੌਰ ਤੇ ਸੀ ਕਿ ਪਿੰਡੂ ਸਮਾਜ ਨੂੰ ਵੇਚਖਾਨ ਜਿਵੇਂ ਇਹ ਇਹ ਆਗਿਆ ਨਹੀਂ ਹੋਏਗੀ ਲੁੱਟ ਖਸੁੱਟ ਨਹੀਂ ਹੋਏਗੀ ਔਰ ਅਸੀਂ ਮੁਨਾਫਾ ਖੋਰੀ ਬੇਮਤਲਬ ਜਿਹੜਾ 100-100 ਗੁਣਾ ਜ਼ਿਆਦਾ ਪ੍ਰੋਫਿਟ ਲੈਣਾ ਔਰ ਰੂਰਲ ਸੈਕਟਰ ਮੋਸਟ ਐਕਸਪਲੋਇਟਡ ਸੈਕਟਰ ਹੈ ਬਲੈਕ ਮਾਰਕੀਟ ਮਿਲਾਵਟ ਹਰ ਚੀਜ਼ ਜਿ ਮਿਲਾਵਟ ਤੁਸੀਂ ਕੋਈ ਚੀਜ਼ ਕਿੱਥੋਂ ਵੀ ਚੁੱਕ ਕੇ ਦੇਖ ਲਓ ਇਹ ਕੋਈ ਅੱਜ ਦੀ ਗੱਲ ਨਹੀਂ ਹੈ ਮੈਨੂੰ ਯਾਦ ਹੈ ਹੁਣ ਇਹਦੇ ਜੋ ਦਿਲਚਸਪ ਸ਼ੇਅਰ ਹੈ ਕਿ ਵੀ ਇੱਕ ਸਾਡੇ 80ਵਿਆਂ ਦੇ ਵਿੱਚ ਕੋਟ ਹੁੰਦਾ ਸੀ ਬੜਾ ਕਿ ਭਈ ਮਿਲਾਵਟ ਹੈ ਮਿਲਾਵਟ ਹੈ ਮੁਹੱਬਤ ਦੀ ਲਹਿਰ ਵਿੱਚ ਵੀ ਮਿਲਾਵਟ ਹੈ ਗਰਾਂ ਵਿੱਚ ਵੀ ਮਿਲਾਵਟ ਹੈ ਸ਼ਹਿਰ ਵਿੱਚ ਵੀ ਮਿਲਾਵਟ ਹੈ ਨਹੀਂ ਸਜਣਾ ਨਹੀਂ ਤੂੰ ਜ਼ਹਿਰ ਖਾ ਕੇ ਮਰ ਨਹੀਂ ਸਕਦਾ ਇਸ ਨਗਰੀ ਦੇ ਤਾਂ ਜ਼ਹਿਰ ਵਿੱਚ ਵੀ ਮਿਲਾਵਟ ਹੈ ਇਹ ਇਨਫੈਕਟ ਕਈ ਵਾਰ ਬੇਸ਼ੱਕ ਇਹਦਾ ਅੰਦਾਜ਼ ਰੋਮਾਂਟਿਕ ਤੋਂ ਸ਼ੁਰੂ ਹੁੰਦਾ ਹੈ ਲੇਕਿਨ ਇਹ ਸਮਾਜ ਦੀ ਹਕੀਕਤ ਬਿਆਨ ਦਾ ਸ਼ੇਅਰ ਸੀ ਔਰ ਇਹ ਅਕਸਰ ਮੁਸ਼ਾਇਰਿਆਂ ਦੇ ਵਿੱਚ ਕੋਟ ਹੁੰਦਾ ਸੀ ਪੰਜਾਬੀ ਮੁਸ਼ਾਇਰਿਆਂ ਕਿ ਭਾਈ ਜ਼ਹਿਰ ਵੀ ਜੇ ਤੁਸੀਂ ਜਿੰਨੇ ਕੁ ਤੁਹਾਡੇ ਕੋਲ ਪੈਸੇ ਨੇ ਇਕੱਠੇ ਕਰਕੇ ਜ਼ਹਿਰ ਲੈ ਲਓ ਵੀ ਅਸੀਂ ਮੁੱਕ ਜਾਣਾ ਹੈ ਤਾਂ ਵੀ ਨਹੀਂ ਮਰਨਾ ਕਿ ਜ਼ਹਿਰ ਦੇ ਵਿੱਚ ਵੀ ਮਲਾਵਟ ਹੈ ਔਰ ਇਹਦੇ ਜਿਹੜਾ ਦੂਸਰੀ ਟਰਮ ਬੜੀ ਖੂਬਸੂਰਤ ਯੂਜ਼ ਹੋਈ ਜਿਹੜਾ ਮੈਂ ਵਕਤ ਕਰਕੇ ਬਹੁਤਾ ਡੀਟੇਲ ਨਹੀਂ ਐਲੈਬੋਰੇਟ ਕਰ ਸਕਦਾ ਲੇਕਿਨ ਪੰਜਾਬੀ ਲਫ਼ਜ਼ ਇਹ ਕਿਹਾ ਕਿ ਨਾ ਹੀ ਲੋਕਾਂ ਨੂੰ ਮਨੋਵਿਗਿਆਨਕ ਢੰਗ ਨਾਲ ਬੌਣੇ ਬਣਾਉਣ ਦੀ ਆਗਿਆ ਦੇਵੇਗਾ ਹੁਣ ਮਨੋਸਾਈਕੋਲੋਜੀਕਲ ਕੈਜੂਐਲਟੀਆਂ ਸਾਈਕੋਲੋਜੀਕਲ ਮਿਜਟਸ ਹੁਣ ਇੱਕ ਜਦੋਂ ਇੱਕ ਸਮਾਜ ਦੇ ਵਿੱਚ ਇੰਨੀ ਨਾ ਬਰਾਬਰੀ ਹੁੰਦੀ ਹੈ ਇੱਕ ਗਰੀਬ ਕਿਸਾਨ ਜਾਂ ਇੱਕ ਚਾਹ ਵੇਚਣ ਵਾਲਾ ਜਾਂ ਕੋਈ ਮਜ਼ਦੂਰੀ ਕਰਨ ਵਾਲੇ ਦਾ ਬੇਟਾ ਜਾਂ ਬੇਟੀ ਉਹ ਡ੍ਰੀਮ ਨਹੀਂ ਕਰ ਸਕਉ ਨੂੰ ਇਹ ਹੈ ਕਿ ਵੀ ਮੈਂ ਮੇਰਾ ਪਿਓ ਵੀ ਮਜ਼ਦੂਰ ਹੈ ਮੈਂ ਵੱਧ ਤੋਂ ਵੱਧ ਨੰਬਰ ਜਿਹੜਾ ਇੱਕ ਰੈਂਕ ਹਾਇਰ ਚਲਾ ਜਾਊਗਾ ਮਜ਼ਦੂਰੀ 'ਚ ਮੈਂ ਇਸ ਤੋਂ ਅੱਗੇ ਨਹੀਂ ਜਾ ਸਕਦਾ ਕਿ ਉਹਨਾਂ ਦੀ ਬੇਸਿਕਲੀ ਉਹਨਾਂ ਨੂੰ ਇਸ ਕਦਰ ਡਿਪਰਾਈਵ ਕਰਕੇ ਸਾਈਕੋਲੋਜੀਕਲੀ ਉਹਨਾਂ ਦਾ ਡ੍ਰੀਮ ਮਾਰ ਦੇਣਾ ਕਿ ਉਹ ਸਾਈਕੋਲੋਜੀਕਲ ਮੇਜਰਟੀ ਮਨੋਵਿਗਿਆਨਕ ਢੰਗ ਲੜਾਈ ਤਾਂ ਮਨੋਵਿਗਿਆਨ ਦੀ ਹੈ ਕਿ ਭਾਈ ਅਸੀਂ ਉਸ ਸਿਸਟਮ 'ਚ ਔਰ ਇਹੀ ਕਾਰਨ ਹੈ ਕਿ ਜਦੋਂ ਅਸੀਂ ਰਿਪੀਟਿਡਲੀ ਇਹ ਕਹਿੰਦੇ ਆ ਕਿ ਭਾਈ ਇਸ ਅਮਰੀਕਾ 'ਚ ਕਿਉਂ ਅਮਰੀਕਾ ਇੱਕ ਡ੍ਰੀਮ ਲੈਂਡ ਹੈ ਕਿਉਂ ਓਪਰਚ्युनिटी ਹੈ ਕਿਉਂਕਿ ਇੱਥੇ ਸਾਈਕੋਲੋਜੀਕਲ ਕੈਜ਼ੁਐਲਟੀ ਨਹੀਂ ਬੜਾਇਆ ਜਾਂਦਾ ਇੱਕ ਵੇਟ ਇਹ ਡ੍ਰੀਮ ਕਰਦਾ ਕਿ ਮੈਂ ਚੇਨ ਆਫ ਹੋਟਲਸ ਹੋਵਾਂਗਾ ਮਾਲਕ ਉਹਦਾ ਉਹ ਬਣਦਾ ਇੱਕ ਗੈਸ ਸਟੇਸ਼ਨ ਤੇ ਪੰਪ ਕਰਨ ਤੋਂ ਸ਼ੁਰੂ ਕਰਨ ਵਾਲਾ ਗੈਸ ਸਟੇਸ਼ਨਾਂ ਦਾ ਮਾਲਕ ਬਣਦਾ ਪਰ ਉੱਥੇ ਤੁਸੀਂ ਡ੍ਰੀਮ ਨਹੀਂ ਕਰ ਸਕਦੇ ਕਿਉਂਕਿ ਸਿਸਟਮ ਨੇ ਤੁਹਾਨੂੰ ਸਾਈਕੋਲੋਜੀਕਲ ਵਿਜਟ ਬਣਾਇਆ ਸੋ ਇਹ ਸਮਾਜਿਕ ਢਾਂਚੇ ਦੀ ਇੰਪੋਰਟੈਂਟ ਗੱਲ ਸੀ ਕਿ ਲੋਕਾਂ ਨੂੰ ਮਨੋਵਿਗਿਆਨਕ ਢੰਗ ਨਾਲ ਬੋਣੇ ਬਣਾਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਹਮ ਮਨਮਰਜ਼ੀ ਨਾਲ ਲੋਕ ਰਾਏ ਘੜਨ ਦੀ ਅਖਬਾਰਾਂ ਲਿਖਤਾ ਵਿਦਿਆ ਅਤੇ ਪ੍ਰਚਾਰ ਦੇ ਦੂਜੇ ਸਾਧਨਾ ਰਾਈ ਕਿਸੇ ਇੱਕ ਫਿਰਕੇ ਜਾਂ ਟੋਲੇ ਨੂੰ ਆਪਣੀ ਕਾਰਜ ਸiddhi ਲਈ ਆਗਿਆ ਨਹੀਂ ਦਿੱਤੀ ਜਾਏ ਇਹ ਬੜਾ ਅਹਿਮ ਹੈ ਹੁਣ ਅਸੀਂ ਇਸ ਇਲਾਮ ਨਾਮੇ ਤੋਂ 37 ਸਾਲ ਬਾਅਦ ਅੱਜ ਵੀ ਜਵੇਂ ਅਸੀਂ ਬਿਗਨਿੰਗ ਕੀਤੀ ਤੇ ਅਸੀਂ ਇਹ ਕਿਹਾ ਕਿ ਕਿਵੇਂ ਨੈਰੇਟਿਵ ਹਕੂਮਤ ਸਿਰਜਦੀ ਹੈ ਕਿਵੇਂ ਮੇਨ ਸਟਰੀਮ ਤੋਂ ਤਾਂ ਸੋਸ਼ਲ ਮੀਡੀਆ ਨਹੀਂ ਜਦੋਂ ਡੈਕਲੇਰੇਸ਼ਨ ਹੋਈ ਪਰ ਇੱਕ ਜਿਹੜਾ ਸੈੱਟ ਗਰੁੱਪ ਹੈ ਜਿਹੜੇ ਉਹਨਾਂ ਦੇ ਇੰਡਸਟਰੀਅਲਿਸਟ ਯਾਰ ਸੀ ਕਾਰਪੋਰੇਟ ਇੰਡੀਆ ਉਹੀ ਉਸ ਮੀਡੀਆ ਰਾਇ ਸਿੱਖਾਂ ਦੇ ਖਿਲਾਫ ਜ਼ਹਿਰ ਉਗਲ ਰਹੇ ਸੀ ਜਿਵੇਂ ਅੱਜ ਇਹਨਾਂ ਦੇ ਸਾਰੇ ਨੈਟਵਰਕ ਉਗਲ ਰਹੇ ਨੇ ਔਰ ਇਸ ਗੱਲ ਨੂੰ ਡੈਕਲੇਰੇਸ਼ਨ ਆਫ ਖਾਰਿਸਤਾਨ ਚ ਅਹਿਮੀਅਤ ਦਿੱਤੀ ਗਈ ਕਿ ਮਨਮਰਜ਼ੀ ਨਾਲ ਲੋਕ ਰਾਏ ਕਰਨ ਹੁਣ ਇੱਕ ਹੈ ਲੋਕਾਂ ਦਾ ਜੈਨੂਨ ਓਪੀਨੀਅਨ ਇੱਕ ਹੈ ਮੈਨੂਫੈਕਚਰਡ ਓਪੀਨੀਅਨ ਜਦੋਂ ਤੁਸੀਂ ਇਸ ਕਿਸਮ ਦੀਆਂ ਸਟੋਰੀਜ਼ ਝੂਠੀਆਂ ਜੋ ਤੁਸੀਂ 18 ਮਾਰਚ ਤੋਂ ਬਾਅਦ ਵਰਤਾਰਾ ਦੇਖਿਆ ਥਰੋ ਕਰ ਰਹੇ ਹੋ ਹੁਣ ਤੁਸੀਂ ਮੈਨੂੰ ਫੈਕਚਰ ਕਰ ਰਹੇ ਹੋ ਇੱਕ ਆਪੀਨੀਅਨ ਆ ਗਿਆ ਅਮਰਪਾਲ ਥਾਣੇ 'ਤੇ ਕਬਜ਼ਾ ਜਨਾਲਾ ਪਾਕਿਸਤਾਨ ਬਾਰਡਰ ਸੇ ਇਤਨੇ ਮਿਲ ਦੂਰ ਕਹਾਂ ਹੈ ਹਕੂਮਤ ਇਹ ਸਿੱਖੋਂ ਕਾ ਇੱਕ ਹੋਰ ਭਿੰਡਰਾ ਵਾਲਾ ਆ ਗਿਆ ਹੁਣ ਜਦੋਂ ਤੁਸੀਂ ਸਵੇਰ ਤੋਂ ਸ਼ਾਮ ਤੱਕ ਤਿੰਨ ਤਿੰਨ ਫੁੱਟੀਆਂ ਜਿਹੜੀਆਂ ਉਹਨਾਂ ਦੀਆਂ ਐਂਕਰ ਨੇ 6-6 ਫੁੱਟ ਉੱਛਲ ਰਹੀਆਂ ਨੇ ਸ਼ਾਮ ਤੱਕ ਆਮ ਲੋਕ ਜਿਹਨੇ ਟੀਵੀ ਔਨ ਕੀਤਾ ਹੋਇਆ ਕਿਤੇ ਵੀ ਬੈਠਾ ਉਹਦੇ ਮਨ ਦੇ ਵਿੱਚ ਹੀ ਖੌਫ ਵੀ ਭਰ ਰਿਹਾ ਉਸ ਨੂੰ ਇੱਕ ਤੁਸੀਂ ਤਰੀਕੇ ਘੜੀਸ ਕੇ ਉਸ ਦੇ ਅੰਦਰ ਇੱਕ ਉਹ ਖੌਫ ਪੈਦਾ ਕਰ ਰਿਹਾ ਉਹਨੂੰ ਲੱਗਦਾ ਵੀ ਵਾਕਿਆ ਹੀ ਬੜੇ ਖੰਖਾਰ ਨੇ ਕੱਲ ਨੂੰ ਜੇ ਇਹ ਵਾਕਿਆ ਹੀ ਕਾਮਯਾਬ ਹੋ ਗਏ ਤਾਂ ਮੇਰੀ ਆਜ਼ਾਦੀ ਜਾਂਦੀ ਜਿਹੜੀ ਆਜ਼ਾਦੀ ਉਹਨਾਂ ਨੇ ਕ੍ਰੀਏਟ ਕੀਤੀ ਹੋਈ ਹੈ ਮੈਂਟਲ ਲੈਵਲ ਤੇ ਸੋ ਇਹ ਹੈ ਮਨਮਰਜ਼ੀ ਨਾਲ ਲੋਕ ਰਾਹ ਕੇ ਵੀ ਇਹ ਜਿਹੜਾ ਮੈਨੂਫੈਕਚਰਡ opinion ਅਖਬਾਰਾਂ ਲਿਖਤਾ ਰਾਈਟਰ ਰਾਈਟਿੰਗਸ ਕਾਲਮਸ ਵਿਦਿਆ ਤੇ ਪ੍ਰਚਾਰ ਦੇ ਐਜੂਕੇਸ਼ਨ ਹੁਣ ਐਨਸੀਆਰਟੀ ਦੂਜੇ ਜਿਹੜਾ ਸਿਲੇਬਸ ਆ ਰਸਸ ਲਖਵਾ ਰਹੇ ਨੇ ਹੁਣ ਉਹੀ ਉਹਨਾਂ ਨੇ ਉਹ ਸਾਰੇ ਕਿਰਦਾਰ ਜਿਹੜੇ ਹਿਸਟਰੀ ਦੇ ਨੇ ਟੀਪੂ ਸੁਲਤਾਨ ਵੀ ਬਾਹਰ ਹੈ ਸਿੱਖਾਂ ਦੀ ਕੰਟਰੀਬਿਊਸ਼ਨ ਵੀ ਬਾਹਰ ਹੈ ਮੁਗਲਿਆ ਰਾਜ ਵੀ ਬਾਹਰ ਹੈ ਔਰ ਫੇਕ ਜਿਹੜੇ ਨੇ ਉਹ ਸਰਜੇ ਜਾ ਰਹੇ ਨੇ ਹੀਰੋ ਨਾਇਕ ਕਈ ਨਹੀਂ ਬਹਾਦਰੀ ਸੇ ਹਿੰਦੂਤਵਾ ਫਰਾਨਾ ਫਲਾਣਾ ਠਮਕਾ ਮਰਜਾ ਰঞ্জੀਤ ਸਿੰਘ ਦੇ ਆਜ਼ਾਦ ਸਿੱਖ ਰਾਜ ਨੂੰ ਹਿੰਦੁਸਤਾਨ ਦੇ ਖਾਤੇ ਚ ਪਾਉਣ ਦੀ ਕੋਸ਼ਿਸ਼ ਕੀ ਦੇਖੋ ਜੀ ਕਿੰਨੀ ਹਿੰਦੁਸਤਾਨ ਦੀ ਪ੍ਰੋਗਰੈਸ ਸੋ ਇਹ ਇਸ ਇਲਾਮ ਨੇ ਸਪਸ਼ਟ ਕੀਤਾ ਸੀ ਕਿ ਭਾਈ ਅਸੀਂ ਜਿਹੜਾ ਇਸ ਦੀ ਆਗਿਆ ਨਹੀਂ ਦੇਵਾਂਗੇ ਮਨਮਰਜ਼ੀ ਨਾਲ ਲੋਕ ਰਾਏ ਕੜਨ ਦੀ ਅਖਬਾਰਾਂ ਲਿਖਤਾ ਵਿਦਿਆ ਤੇ ਪ੍ਰਚਾਰ ਦੇ ਦੂਜੇ ਸਾਧਨਾਂ ਰਾਹੀਂ ਕਿਸੇ ਇੱਕ ਫਿਰਕੇ ਜਾਂ ਟੋਲੇ ਨੂੰ ਆਪਣੀ ਕਾਰਜ ਸਿੱਧੇ ਲਈ ਆਗਿਆ ਨਹੀਂ ਦਿੱਤੀ ਜਾਵੇਗੀ ਰਾਜ ਦੇ ਉੱਤੇ ਧਰਮ ਦਾ ਪਹਿਰਾ ਸੰਵਿਧਾਨਕ ਢੰਗ ਨਾਲ ਪਰਪੱਕ ਕਰ ਦਿੱਤਾ ਜਾਵੇਗਾ ਸਿੱਖ ਧਰਮ ਖਾਲਸਾਣ ਦਾ ਸਰਕਾਰੀ ਧਰਮ ਮੰਨਿਆ ਜਾਵੇਗਾ ਤੇ ਸਰਕਾਰ ਦਾ ਇਹ ਪਹਿਲਾ ਫਰਜ਼ ਹੋਵੇਗਾ ਕਿ ਖਾਲਸਾਣ ਵਿੱਚ ਸਿੱਖੀ ਨੂੰ ਪਰਫੁੱਲਤ ਕੀਤਾ ਜਾਵੇ ਕਿ ਜਿਹੜਾ politcal structure ਹੈ ਉਹ ਰੱਬ ਦੇ ਭੈ ਭਾਵਨੀ ਦੇ ਵਿੱਚ ਰਹਿਣਾ ਇਹ ਬੜਾ ਇੰਪੋਰਟੈਂਟ ਹੈ ਕਿ ਭਈ ਇਹ ਕਮਿਊਨਿਸਟ ਸਟੇਟ ਵਾਂ ਕੋਈ ਨਾਸਤਿਕ ਸਟੇਟ ਨਹੀਂ ਹੋਏਗੀ ਆਸਤਿਕ ਸਟੇਟ ਹੋਏਗੀ ਔਰ ਸਰਕਾਰੀ ਤੌਰ ਦੇ ਉੱਤੇ ਜਿਹੜਾ ਸਿੱਖ ਧਰਮ ਹੈ ਉਸ ਨੂੰ ਪਰਫੁੱਲਤ ਕਰਨਾ ਇਹ ਉਸ ਦੇ ਜ਼ਿੰਮੇ ਹੋਏਗਾ ਜੀ ਖਾਲਸਾ ਧਨ ਦੇ ਰਾਜਸੀ ਤੇ ਪ੍ਰਬੰਧਕ ਢਾਂਚੇ ਵਿੱਚ ਮੁੱਖ ਮਨੋਰਥ ਮਨੁੱਖਤਾ ਦਾ ਭਲਾ ਅਤੇ ਸਮਾਜ ਦੀ ਸੇਵਾ ਵਿਣ ਸੇਵਾ ਤ੍ਰਿਗ ਹੱਥ ਪੈਰ ਹੋਰ ਨਹਿਫਲ ਕਰਨੀ ਮੁਤਾਬਕ ਹਮ ਟਾਲਿਆ ਜਾਵੇਗਾ ਹਰ ਸਿੰਘ ਅਤੇ ਸਿੰਘਣੀ ਨੂੰ ਆਪਣੀ ਸਮਰੱਥਾ ਮੁਤਾਬਕ ਵਧਨਫੁਲਣ ਤੇ ਉਬਰਣ ਦਾ ਸਮਾਨ ਅਫਸਰ ਗਰੰਟੀ ਕੀਤਾ ਜਾਵੇਗਾ ਵਿਦਿਆ ਦੀ ਘਾਟ ਅਤੇ ਸਮਾਜਿਕ ਪਛੜਿਆਪਨ ਉਹਨਾਂ ਦੇ ਰਸਤੇ ਦੀ ਰੁਕਾਵਟ ਨਹੀਂ ਬਣਨ ਦਿੱਤੀ ਜਾਵੇਗੀ ਨਾ ਹੀ ਵਿਦਿਆ ਦੀ ਹਜ਼ਾਰੇਦਾਰੀ ਅਤੇ ਮਨੋਪਲੀ ਅਨਪੜਤਾ ਗਰੀਬੀ ਬਿਮਾਰੀ ਅਤੇ ਪਛੜੇਪਨ ਦੇ ਪੁਸ਼ਤਦਰ ਪੁਸ਼ਤ ਸ਼ਿਕਾਰ ਬਣੇ ਰਹਿੰਦੇ ਹਨ ਖਾਲਸਤਾਨ ਕੁਦਰਤੀ ਨੀਮਤਾ ਅਤੇ ਨੀਡਸ ਜ਼ਰੂਰਤਾਂ ਜ਼ਰੂਰੀ ਜ਼ਰੂਰਤਾਂ ਦੀ ਵੰਡ ਮਨੁੱਖੀ ਆਧਾਰਾਂ ਤੇ ਕਰਨਾ ਚਾਹੇਗਾ ਅਜਾਰੇਦਾਰੀ ਤੇ ਸਰਮਾਇਦਾਰੀ ਨੂੰ ਸਰਕਾਰੀ ਮਸ਼ੀਨਰੀ ਅਤੇ ਜਨਤਾ ਦੀ ਸੋਚਣੀ ਉੱਤੇ ਪ੍ਰਭਾਵਿਤ ਨਹੀਂ ਹੋਣ ਦਿੱਤਾ ਜਾਏਗਾ ਇਸ ਦੇ ਉਲਟ ਹਰ ਵਿਅਕਤੀ ਨੂੰ ਆਪਣੀ ਲਿਆਕਤ ਮਿਹਨਤ ਅਤੇ ਸਮਰੱਥਾ ਮੁਤਾਬਕ ਵਦਨ ਫਰਣ ਤੋਂ ਕੋਈ ਰੋਕ ਨਹੀਂ ਲਗਾਈ ਜਾਏਗੀ ਇਹ ਓਵਰਆਲ ਜਦੋਂ ਅਸੀਂ ਇਥੋਂ ਦੇ ਸਿਸਟਮ ਚ ਵੀ ਜਸਟ ਸੀਕ ਕੋਰਪਰਚੁਨਿਟੀ ਅਦਲ ਉਸਦੀ ਗੱਲ ਕਰਦੇ ਸੋ ਉਹਦੇ ਚ ਉਹਨਾਂ ਨੇ ਕਿਹਾ ਕਿ ਭਾਈ ਜਿਹੜਾ ਸਾਡਾ ਸੋਸ਼ਲ ਔਰ ਢਾਂਚਾ ਉਹ ਵੇਲਣਾ ਦੇ ਸਿਰ ਤੇ ਨਹੀਂ ਇੱਥੇ ਕੋਈ ਸੰਿਆਸੀ ਬ੍ਰਹਮਚਾਰੀ ਕੋ ਸਾਧ ਲਾਣਾ ਉਹਨਾਂ ਨੂੰ ਹੋਏਗਾ ਕਿਉਂਕਿ ਸਿੱਖੀ ਦਾ ਆਧਾਰ ਹੈ ਕਿ ਜਿਹੜਾ ਗੁਰਬਾਣੀ ਦੀ ਤੁਕ ਕੋਟ ਕੀਤੀ ਹੈ ਕਿ ਵਿਣ ਸੇਵਾ ਤ੍ਰਿਗ ਹੱਥ ਪੈਰ ਔਰ ਨੇਫਲ ਕਰਨੀ ਕਿ ਭਈ ਉਹ ਹੱਥਾਂ ਪੈਰਾਂ ਨੂੰ ਤਕਰ ਹੈ ਫਟੇ ਮੂੰਹ ਹੈ ਜਿਹੜੇ ਕੰਮ ਨਹੀਂ ਕਰਦੇ ਇਸ ਲਈ ਇਹ ਜਿਹੜਾ ਸਾਡੇ ਟਾਂਚੇ ਦੇ ਵਿੱਚ ਜਿਹੜੇ ਕਿਰਤੀ ਨੇ ਉਹਨਾਂ ਦੀ ਪ੍ਰਾਇਓਰਟੀ ਹੋਏਗੀ ਔਰ ਹਰ ਇੱਕ ਦੇ ਲਈ ਵਦਨ ਫੁੱਲਣ ਦੇ ਸਮਾਨ ਅਫਸਰ ਇਹ ਗਾਰੰਟੀ ਕੀਤਾ ਜਾਂਦੇ ਨੇ ਔਰ ਇਹ ਵੀ ਨਹੀਂ ਹੈ ਵੀ ਇੱਕ ਵਰਗ ਜਿਹੜਾ ਹੈ ਉਹ এডਿਕੇਸ਼ਨ ਦੇ ਉੱਤੇ ਮੋਨੋਪੋਲੀ ਬਣਾ ਕੇ ਹਜਾਰੇਦਾਰੀ ਬਣਾ ਕੇ ਗਰੀਬ ਤਬਕੇ ਨੂੰ ਐਜੂਕੇਸ਼ਨ ਨਾ ਲੈਣ ਦੇ ਇਵੇਂ ਨਹੀਂ ਇਹ ਸਭ ਦੇ ਲਈ ਸਾਰੇ ਸਾਧਨ ਹੋਣਗੇ ਔਰ ਇਹ ਜਿਹੜੀ ਹੈ ਗਰੀਬੀ ਬਿਮਾਰੀ ਪਛੜਾਪਨ ਜਿਹੜਾ ਪੁਸ਼ਤਦਾਰ ਪੁਸ਼ਤ ਸਦੀਆਂ ਤੋਂ ਬ੍ਰਾਹਮਣਵਾਦ ਨੇ ਉੱਥੇ ਥੋਪਿਆ ਹੋਇਆ ਇਹਦਾ ਅਸੀਂ ਐਂਡ ਕਰਾਂਗੇ ਔਰ ਇਹ ਜਿਹੜੀਆਂ ਕੁਦਰਤੀ ਨਿਮਤਾ ਨੇ ਉਹਨਾਂ ਦੀ ਇਕੁਅਲ ਡਿਸਟ੍ਰਿਬਿਊਸ਼ਨ ਹੋਏਗੀ ਇਹ ਨਹੀਂ ਹੈ ਅਜਾਰੇਦਾਰੀ ਹੁੰਦੀ ਹੈ ਵੀ ਕਿਸੇ ਦੀ ਮੋਨੋਪੋਲੀ ਔਰ ਇਸ ਦੇ ਉੱਤੇ ਕਿਸੇ ਦੀ ਮੋਨੋਪੋਲੀ ਨਹੀਂ ਹੋਏਗੀ ਔਰ ਹਰ ਵਿਅਕਤੀ ਜਿਹੜਾ ਆਪਣੀ ਲਿਆਕਤ ਮਿਹਨਤ ਤੇ ਸਮਰੱਥਾ ਮੁਤਾਬਕ ਵੱਧ ਫੁੱਲ ਸਕੇਗਾ ਸੋ ਇਹ ਹੈ ਜਿਹੜਾ ਉਸ ਦਾ ਇੱਕ ਹਿੱਸਾ ਬਿਲਕੁਲ ਪ੍ਰਬੰਧਕੀ ਕੰਮਕਾਜ ਵਿੱਚ ਸਮਾਜ ਅਤੇ ਜਨਤਾ ਦੀ ਮਿਲਵਰਤਨ ਅਤੇ ਪੂਰੀ ਸਾਂਝੇਦਾਰੀ ਹੋਵੇਗੀ ਤਾਂ ਜੋ ਖਾਲਸਤਾਨ ਵਿੱਚ ਵੀ ਕਲਰਕ ਬਾਦਸ਼ਾਹ ਪੈਦਾ ਨਾ ਹੋ ਸਕਣ ਪਿੰਡਾਂ ਦੀ ਪੱਦਰ ਤੇ ਉਥੋਂ ਦੀ ਵਸੋਂ ਪੂਰੀ ਤਰ੍ਹਾਂ ਦੀਵਾਨੀ ਫੌਜਦਾਰੀ ਨਵਸਾਰੀ ਅਤੇ ਨਿਆਂ ਨਿਯੰਤਰਣ ਵਿੱਚ ਪਾਈਵਾਲ ਬਣਾਇਆ ਜਾਏਗਾ ਤਾਂ ਜੋ ਝੂਠੇ ਗਵਾਹ ਅਤੇ ਪੁਲਿਸ ਮੁਖਬਰ ਟਾਊਟ ਸਚਾਈ ਨੂੰ ਛੁਪਾ ਕੇ ਅਨਿਆਂ ਨਾ ਕਰ ਸਕਣ ਪਿੰਡਾਂ ਦੀ ਸ਼ਮੂਲੀਅਤ ਅਤੇ ਸਾਂਝੇਦਾਰੀ ਇੱਕ ਤੋਂ ਵੱਧ 2 ਜਾਂ 3 ਪੱਧਰ ਤੇ ਜਥੇਬੰਦ ਕੀਤੀ ਜਾਏਗੀ ਤਾਂ ਜੋ ਅਪੀਲ ਅਤੇ ਦਲੀਲ ਦਾ ਮੌਕਾ ਸਸਤਾ ਅਤੇ ਛੇਤੀ ਪਰਫੁੱਲਤ ਹੋ ਸਕੇ ਹੁਣ ਇਸ ਦੇ ਵਿੱਚ ਇਹ ਗੱਲ ਬੜੀ ਕਲੀਅਰਲੀ ਕਹੀ ਗਈ ਹੈ ਕਿ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਉਸ ਦੇ ਵਿੱਚ ਜਨਤਾ ਦੀ ਪੂਰੀ ਸਾਂਝਦਾਰੀ ਹੋਏਗੀ ਪਬਲਿਕ ਪਾਰਟਿਸਪੇਸ਼ਨ ਹੋਏਗੀ ਔਰ ਉਸ ਦੇ ਵਿੱਚ ਤਾਂ ਕਿ ਕਲਰਕ ਬਾਦਸ਼ਾ ਉਹ ਜਿਹੜੀ ਟਰਮ ਹੈ ਬੜੀ ਇੰਪੋਰਟੈਂਟ ਹੈ ਜਦੋਂ ਮਕਾਲੇ ਨੇ এডੂਕੇਸ਼ਨ ਰਿਫਾਰਮ ਕੀਤਾ ਰਿਫਾਰਮ ਦੇ ਨਾਂ ਥੱਲੇ ਕਲਰਕ ਕਿੰਗਸ ਦਾ ਕਨਸੈਪਟ ਬ੍ਰਿਟਿਸ਼ਰਸ ਨੇ ਸਾਈਕੋਲੋਜੀਕਲ ਕੈਜੁਐਲਟੀ ਬਣਾਇਆ ਖੂਬ ਸੋਹਣੀ ਤੁਹਾਡੀ ਲਿਖਤ ਹੋਣੀ ਚਾਹੀਦੀ ਹੈ ਤੇ ਕਲਰਕ ਕਿਸੇ ਵੀ ਦਫ਼ਤਰ ਚ ਸਭ ਤੋਂ ਜ਼ਿਆਦਾ ਪਾਵਰਫੁੱਲ ਕਲਰਕ ਹੋ ਫਾਈਲ ਉਹਦੇ ਕੋਲੋਂ ਲੰਘਣੀ ਹੈ ਲੋਕ ਵੀ ਆ ਕੇ ਬਾਬੂ ਜੀ ਬਾਬੂ ਜੀ ਕਰਕੇ ਉਹਦੀ ਮੁੱਠੀ ਵੀ ਗਰਮ ਕਰਦੇ ਸੀ ਉਹਨੂੰ ਪਤਾ ਸੀ ਵੀ ਸਾਹਬ ਨੇ ਘੁੱਗੀ ਉਹਦੇ ਤੇ ਹੀ ਮਾਰਨੀ ਹੈ ਜੋ ਕਲਰਕ ਕਰੇਗਾ ਇਹੀ ਕਾਰਨ ਹੈ ਕਿ ਅੱਜ ਵੀ ਪਟਵਾਰੀ ਕਿੰਨਾ ਪਾਵਰਫੁੱਲ ਹੈ ਮੁੰਸ਼ੀ ਜਿਹੜਾ ਐਫ ਆਈ ਆਰ ਲਿਖਦਾ ਹੈ ਥਾਣੇ ਚ ਉਹ ਡਾਇਰੈਕਟਰ ਜਨਰਲ ਪੁਲਿਸ ਨਾਲੋਂ ਜ਼ਿਆਦਾ ਪਾਵਰਫੁਲ ਹੈ ਕਿਉਂਕਿ ਜਿਹੜਾ ਕੇਸ ਚੱਲਣਾ ਹੈ ਜੋ ਐਫ ਆਈ ਆਰ ਚ ਲਿਖਿਆ ਗਿਆ ਉਹਦੇ ਤੇ ਹੀ ਚੱਲਣਾ ਹੈ ਭਾਵੇਂ ਕੋਈ ਟਿੱਲ ਲਾ ਲੇ ਪ੍ਰੈਜ਼ੀਡੈਂਟ ਆਫ ਇੰਡੀਆ ਵੀ ਚਾਹੇ ਉਹਨੂੰ ਬਦਲਣਾ ਹੋ ਨਹੀਂ ਬਦਲ ਐਫ ਆਈ ਆਰ ਮੁੰਸ਼ੀ ਨੇ ਲਿਖਣੀ ਹੈ ਇਸ ਲਈ ਸਭ ਤੋਂ ਜ਼ਿਆਦਾ ਅਹਿਮੀयत ਵਾਲਾ ਪੁਲਿਸ ਮਹਿਕਮੇ ਚ ਮੁੰਸ਼ੀ ਹੈ ਉਹਦੇ ਚ ਪਟਵਾਰੀ ਹੈ ਤੁਸੀਂ ਪੀ ਡਬਲਯੂ ਡੀ ਦੂਸਰੇ ਮਹਿਕਮੇ ਚ ਦੇਖੋ ਉਹ ਜਿਹੜਾ ਬਾਬੂ ਹੈ ਜਿਹਦੇ ਰਾਹੀਂ ਜਾਣਾ ਸੋ ਇੱਕ ਕਲਰਕ ਕਿੰਗ ਪੈਦਾ ਕੀਤੇ ਬੜੀ ਸਿਸਟਮ ਦਾ ਸੀ ਔਰ ਇਹਦੇ ਜੇ ਗੱਲ ਬਿਲਕੁਲ ਕਲੀਅਰ ਕੀਤੀ ਗਈ ਕਿ ਭਾਈ ਇਹ ਇਹ ਜਿਹੜਾ ਸਿਸਟਮ ਹੈ ਇਹਦੇ ਜੇ ਅਸੀਂ ਕਲਰਕ ਕਿੰਗ ਨਹੀਂ ਪੈਦਾ ਹੋਣ ਦੇਣੇ ਕਿ ਭਈ ਇਕੁਇ ਡਿਸਟ੍ਰਿਬਿਊਸ਼ਨ ਹੈ ਔਰ ਇਸੇ ਤਰ੍ਹਾਂ ਪਿੰਡਾਂ ਦੇ ਪੱਦਰ ਦੇ ਉੱਤੇ ਉਹ دیਵਾਨੀ ਮੁਕਦਮੇ ਹੋਣ ਫੌਜਦਾਰੀ ਹੋਣ ਇਹ ਜਿਹੜਾ ਜਿਹਨਾਂ ਦੇ ਉੱਤੇ ਤੁਸੀਂ ਕਦੇ ਵੀ ਉਹ ਅਦਾਲਤਾਂ ਜਾਓ ਜਲੰਧਰ ਅੰਮ੍ਰਿਤਸਰ ਅਸੀਂ ਦੇਖਦੇ ਰਹੇ ਉਹ ਪੁਲਿਸ ਨੇ ਟਾਊਟ ਜੇ ਰੱਖਿਆ ਹੁੰਦੇ ਨੇ ਪਰ ਨਾਮੋੜੇ ਤੇ ਰੱਖਿਆ ਹੁੰਦਾ ਝੂਠੀ ਗਵਾਇ 10 ਦਿਨ ਚ 4-4 ਗਵਾਈਆਂ ਝੂਠੀਆਂ ਪਾਈਆਂ ਸਾਰਾ ਜਿਹੜਾ ਲਾਅ ਆਫ ਐਵਿਡੈਂਸ ਹੈ ਉਹਨਾਂ ਜੱਜ ਨੇ ਤਾਂ ਨਹੀਂ ਕਹਿਣਾ ਵੀ ਇਹ ਝੂਠਾ ਹੈ ਉਹ ਕਹਿੰਦਾ ਹਾਂ ਜਨਾਬ ਮੈਂ ਦੇਖਿਆ ਉਹ ਸਾਰੇ ਪੀੜ ਪੁਲਿਸ ਦੇ ਵੀ ਟਾਊਟ ਤੇ ਉਹਨਾਂ ਦੇ ਆਧਾਰਤ ਕੇਸਾਂ ਦੇ ਫੈਸਲੇ ਹੁੰਦੇ ਨੇ ਇਸ ਲਈ ਇਹ ਲਫ਼ਜ਼ ਪੁਲਿਸ ਮੁਖਬਰ ਟਾਊਟ ਖਾਸ ਤੌਰ ਤੇ ਮੈਂਸ਼ਨ ਕੀਤਾ ਗਿਆ ਕਿ ਭਾਈ ਪਾਈਵਾਲੀ ਹੋਏਗੀ ਤਾਂ ਕਿ ਝੂਠੇ ਗਵਾਹ ਤੇ ਪੁਲਿਸ ਮੁਖਬਰ ਟਾਊਟ ਸਚਾਈ ਨੂੰ ਛੁਪਾ ਕੇ ਅਨੇ ਆ ਨਾ ਕਰ ਸਕਣ ਔਰ ਪਿੰਡਾਂ ਦੀ ਸ਼ਮੂਲੀਅਤ ਤੇ ਸਾਂਝੇਦਾਰੀ ਇੱਕ ਤੋਂ ਵੱਧ ਦੋ ਜਾਂ ਤਿੰਨ ਪੱਧਰ ਤੇ ਕੀਤੀ ਜਾਏਗੀ ਖਾਲਾ ਪੰਚਾਇਤ ਮਾਡਲ ਤਾਂ ਠੀਕ ਸੀ ਜਦੋਂ ਸ਼ੁਰੂਆਤ ਹੋਈ ਪਰ ਤੁਸੀਂ ਦੇਖੋ ਵੀ ਉਹਨੂੰ ਕਿਵੇਂ ਸੈਂਟਰਲ ਕੰਟਰੋਲ ਕੀਤਾ ਸੋ ਮਤਲਬ ਜਿਹੜੇ ਐਡਮਿਨਿਸਟ੍ਰੇਸ਼ਨ ਦੇ ਢਾਂਚੇ 'ਚ ਗ੍ਰਾਸ ਰੂਟ ਯੂਨਿਟ ਤੁਹਾਡੀ ਪੰਚਾਇਤ ਹੈ ਪਰ ਉੱਪਰ ਤੱਕ ਪਹੁੰਚਦੇ ਆ 3 ਲੈਵਲਸ ਹੋਣਗੇ ਤਾਂ ਕਿ ਆਮ ਲੋਕਾਂ ਨੂੰ ਜਸਟਿਸ ਮਿਲ ਸਕੇ ਜਾਂ ਜੋ ਅਪੀਲ ਅਤੇ ਦਲੀਲ ਦਾ ਮੌਕਾ ਸਸਤਾ ਤੇ ਛੇਤੀ ਪਰਫੋਰਮਾਤ ਹੋ ਸਕੇ ਹੁਣ ਸਾਰਾ ਸਿਸਟਮ ਲਾ ਫੈਵਿਡੈਂਸ ਸ਼ਹਿਰੀ ਅਦਾਲਤਾਂ ਜਿੱਥੇ ਮੋٹے ਮੋٹے ਢੱਡਾਂ ਵਾਲੇ ਬਾਣੀਏ ਵਕੀਲ ਬੈਠੇ ਨੇ ਉਹ ਜੇਬ ਤੁਹਾਡੀ ਕਤਰਦੇ ਨੇ ਫਿਰ ਹੁਣ ਜੱਜ ਵੀ ਜੇ ਤੁਸੀਂ ਉਹਨਾਂ ਦੇ ਜਿਹੜਾ ਸੁਪਰੀਮ ਕੋਰਟ ਦਾ ਜੱਜ ਮਾਰਕੰਡੇ ਆ ਉਹ ਦੇਖੋ 90% ਸੁਪਰੀਮ ਕੋਰਟ ਦਾ ਕਰਪਟ ਜੱਜ ਨੇ ਸੋ ਇਨਸਾਫ ਨਾ ਦੀ ਕੋਈ ਚੀਜ਼ ਨਹੀਂ ਹੈ ਸੋ ਅਸੀਂ ਇੱਥੇ ਹੀ ਕਲੋਜ਼ ਕਰਦੇ ਹਾਂ ਅਰ ਇਥੋਂ ਅਸੀਂ ਕੰਟੀਨਿਊ ਕਰਾਂਗੇ ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਅਸੀਂ ਬ੍ਰੇਕ ਹੋ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵੀ ਵਿਊਅਰਸ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥ ਫਚਾਣ ਆਇਆ ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵਾਧਾ ਟੁਨੇਰ ਕਰੋ ਰੁਨੇਰ ਕੰਨੀ ਸਾਡੀ ਵੈਬਸਾਈਟ ਟੀਵੀ 84.tv ਤੇ ਜਾ ਕੇ ਪੇਪਲ ਦੀ ਵਰਤ ਕਰਕੇ ਵਨ ਟਾਈਮ ਟੁਨੇਰ ਕਰ ਸਕਦੇ ਹੋ ਮੰਥਲੀ ਡੋਨੇਟ ਵੀ ਕਰ ਸਕਦੇ ਹੋ ਤੁਸੀਂ ਟੀਵੀ ਰਿਪੋਰਟ ਦੇ ਨਾਮ ਤੇ ਚੈੱਕ ਮਨਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਸਪੱਤੇ ਤੇ 36-0137th Avenue Long Island City New York 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 516-619-1984 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਇਨਫਾਈਨਿਟੀਵੀਰਿਪੋਰਟ.tv ਤੇ ਅੱਜ ਤੁਹਾਡੇ ਤਿਆਦਰ ਤੋਂ ਸ਼ੁਕਰਗੁਜ਼ਾਰ ਹੋਵਾਂਗੇ ਸਵਾਥ ਲੈਣੇ ਬ੍ਰੇਕ ਫਿਅਰਸ ਤੇ ਤੁਸੀਂ ਅਨਿਸੀ ਤਰ੍ਹਾਂ ਬਣੇ ਰਹਿਣਾ ਮਿਲਦੇ ਆਫਟਰ ਥਿਸ ਸ਼ਾਰਟ ਬ੍ਰੇਕ